ਗੀਤਾ ਦਾ ਕੀ ਸਾਰ ਹੈ ਅਤੇ ਇਸ ਵਿੱਚੋਂ ਕੀ ਅਸੀਂ ਉਪਦੇਸ਼ ਗ੍ਰਹਿਣ ਕਰਨਾ ਹੈ, ਇਸ ਨੂੰ ਮੁੱਖ ਰੱਖ ਕੇ ਅਸੀਂ ਇੱਕ ਸੀਰੀਜ਼ ਸ਼ੁਰੂ ਕੀਤੀ ਹੈ ਜਿਸ ਵਿੱਚ ਕਿ ਮੇਰਾ ਸਾਥ ਦੇ ਰਹੇ ਨੇ ਨਾਮਵਰ ਯੋਗੀ ਆਚਾਰਿਆ ਅਮਨ ਜੀ। ਉਸੇ ਸੰਬੰਧ ਵਿੱਚ ਆਓ ਮੁੜ ਤੋਂ ਤੁਹਾਨੂੰ ਜੋੜ ਕੇ ਜਾਣਕਾਰੀ ਲੈਂਦੇ ਹਾਂ ਆਚਾਰਿਆ ਅਮਨ ਜੀ ਤੋਂ ਕਿ ਗੀਤਾ ਵਿੱਚ ਜੋ ਉਪਦੇਸ਼ ਦਿੱਤਾ ਗਿਆ ਉਸ ਤੋਂ ਅਸੀਂ ਕੀ ਕੁਝ ਸਿੱਖ ਸਕਦੇ ਹਾਂ। ਸਵਾਗਤ ਕਰਦੇ ਹਾਂ ਆਚਾਰਿਆ ਅਮਨ ਦਾ। ਜੀ ਹਾਂ ਜੀ ਆਚਾਰਿਆ ਜੀ, ਵੈਲਕਮ ਟੂ ਪ੍ਰੋਗਰਾਮ। ਨਮਸਕਾਰ। ਸੋ 6ਵੇਂ ਅਧਿਆਏ ਤੱਕ ਅਸੀਂ ਪਹੁੰਚੇ ਸੀ ਪਿਛਲੀ ਵਾਰੀ, ਜਿਹਦੇ 'ਚ ਕਿ ਗੱਲਬਾਤ ਚੱਲ ਰਹੀ ਸੀ, ਮੈਡੀਟੇਸ਼ਨ ਦਾ ਤੁਸੀਂ ਜ਼ਿਕਰ ਕੀਤਾ ਸੀ। ਸੋ ਭਗਵਾਨ ਕ੍ਰਿਸ਼ਨ ਹੁਣ ਕੀ ਅਰਜੁਨ ਨੂੰ ਕਹਿ ਰਹੇ ਨੇ ਮੈਡੀਟੇਸ਼ਨ ਦੇ ਸੰਬੰਧ ਵਿੱਚ? ਹਾਂ, ਇਹ ਆਤਮ ਸੰਜਮ ਯੋਗ ਸੀਗਾ ਇਹ ਚੈਪਟਰ ਦਾ ਨਾਮ, ਕਿ ਆਪਣੀ ਆਤਮਾ ਨੂੰ ਕਿਵੇਂ ਬੈਲੈਂਸ ਕਰਨਾ, ਔਰ ਉਹਦੇ 'ਚ ਮੈਡੀਟੇਸ਼ਨ ਦਾ ਬੜਾ ਰੋਲ ਹੈ ਨਾ, ਕਿਉਂਕਿ ਜਿਹੜਾ ਇਨਸਾਨ ਹੈ ਉਹਦੀ ਹਮੇਸ਼ਾ ਥੋਟ ਪ੍ਰੋਸੈਸ ਚੱਲਦੀ ਰਹਿੰਦੀ ਹੈ। ਤੁਸੀਂ ਦੇਖੋਗੇ ਕਿ ਤੁਸੀਂ 5 ਮਿੰਟ ਵੀ ਬੈਠ ਜਾਓ ਔਰ ਤੁਸੀਂ ਸੋਚੋਗੇ ਮੈਂ ਕੁਛ ਨਹੀਂ ਕਰ ਰਿਹਾ, ਪਰ ਐਕਚੁਅਲੀ ਮਾਇੰਡ ਇਜ਼ ਡੂਇੰਗ ਸਮਥਿੰਗ ਨਾ, ਔਰ ਸਾਰਾ ਕੁਛ ਮਾਇੰਡ 'ਤੇ ਡਿਪੈਂਡ ਹੈ ਨਾ। ਤਾਂ ਇਸ ਕਰਕੇ ਮਾਇੰਡ ਦੀ ਮਾਸਟਰੀ ਕਰਨਾ ਹੀ ਜ਼ਿਆਦਾ ਇੰਪੋਰਟੈਂਟ ਹੈ, ਔਰ ਮੈਡੀਟੇਸ਼ਨ ਇੱਕ ਐਸੀ ਟੈਕਨੀਕ ਹੈ ਸਾਇੰਟੀਫਿਕਲੀ, ਕਿ ਤੁਸੀਂ ਜਿਹੜੇ ਆਪਣੇ ਮਾਇੰਡ ਦੇ ਜਿੰਨੇ ਵੀ ਥੋਟਸ ਪ੍ਰੋਸੈਸ ਹੋ ਰਹੀ ਹੈ, ਥੋਟਸ ਚੱਲ ਰਹੇ ਆ, ਨੋਰਮਲੀ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਇੱਕ ਦਿਨ 'ਚ ਘੱਟੋ ਘੱਟ ਲੱਖਾਂ ਥੋਟਸ ਉਹਦੇ ਮਾਇੰਡ 'ਚੋਂ ਚਲੇ ਜਾਂਦੇ ਆ ਨਾ, ਔਰ ਉਹਦੇ ਵਿੱਚ ਕਮ ਸੇ ਕਮ ਜਿਹੜੇ 10-20% ਐਸੇ ਥੋਟਸ ਹੁੰਦੇ ਆ ਜਿਹੜੇ ਯੂਜ਼ਫੁੱਲ ਹੁੰਦੇ ਆ ਨਾ, ਬਾਕੀ 80% ਜਿਹੜੀ ਥੋਟ ਐਨਰਜੀ ਆ ਉਹ ਆਪਣੀ ਵੇਸਟੇਜ ਹੁੰਦੀ ਰਹਿੰਦੀ ਹੈ। ਜਿਵੇਂ ਕਿ ਐਗਜ਼ਾਮਪਲ ਹੈ ਕਿ ਇੱਕ ਉਹ ਲੈਂਸ ਹੁੰਦਾ ਕਿ ਤੁਸੀਂ ਉਸਦੇ ਵਿੱਚ ਦੀ ਆਪਾਂ ਕੱਢਦੇ ਹਾਂ ਨਾ ਸੂਰਜ ਦੀ ਰੋਸ਼ਨੀ, ਤਾਂ ਉਹ ਅਗਨੀ ਜਲ ਜਾਂਦੀ ਆ। ਹੋਇਆ ਕਿ ਉਹ ਜਿਹੜੀ ਕੌਨਸਨਟ੍ਰੇਟ ਹੋ ਗਈ ਨਾ ਸੂਰਜ ਦੀ ਐਨਰਜੀ, ਰਾਈਟ ਨਾ। ਇਸ ਤਰ੍ਹਾਂ ਜਿਹੜਾ ਮਾਇੰਡ ਹੈ ਮੈਡੀਟੇਸ਼ਨ ਦਾ ਕੀ ਹੁੰਦਾ ਕਿ ਜਿਹੜੀ ਆਪਣੀ ਥੋਟ ਹੈ, ਮਤਲਬ ਜਿਹੜੇ ਬਿਖਰੇ ਹੋਏ ਥੋਟ ਨੇ, ਉਹਨਾਂ ਨੂੰ ਤੁਸੀਂ ਇੱਕ ਪੁਆਇੰਟ 'ਤੇ ਇਕੱਠੇ ਕਰ। ਤਾਂ ਉਹਦੇ ਨਾਲ ਕੀ ਹੁੰਦਾ ਕਿ ਜਿਹੜੀ ਅਨਸੈਸਰੀ ਤੁਹਾਡੀ ਐਨਰਜੀ ਵੇਸਟੇਜ ਹੋ ਰਹੀ ਸੀ, ਜਿਹੜੇ ਪਾਸੇ ਤੁਸੀਂ ਜੀਵਨ 'ਤੇ ਜਾਣਾ ਸੀਗਾ ਉਹ ਤੁਸੀਂ ਜਾ ਨਹੀਂ ਸਕਦੇ। ਜਿਵੇਂ ਮੰਨ ਲਓ ਤੁਸੀਂ ਕੋਈ ਐਡਵਰਟਾਈਜ਼ਮੈਂਟ ਦੇਖੀ, ਕਿਸੇ ਨੇ ਕੁਛ ਕਿਹਾ ਤੁਹਾਡੇ ਬਾਰੇ, ਨਾਲ ਦੀ ਨਾਲ ਤੁਹਾਡਾ ਜਿਹੜਾ ਮਾਇੰਡ ਹੈ ਅਨਸੈਸਰੀ ਉਹਨਾਂ ਗੱਲਾਂ ਬਾਰੇ ਸੋਚਣ ਲੱਗ ਜੂ ਜਿਹੜੀ ਤੁਹਾਨੂੰ ਖੁਦ ਜ਼ਰੂਰਤ ਨਹੀਂ ਸੀ ਨਾ। ਠੀਕ। ਤਾਂ ਹਰ ਆਦਮੀ ਜਾਂ ਹਰ ਸਿਚੁਏਸ਼ਨ ਤੁਹਾਡੀ ਮਾਇੰਡ ਐਨਰਜੀ ਲਿਜਾ ਰਹੀ ਹੈ ਤੁਹਾਨੂੰ। ਮੰਨ ਲਓ ਤੁਸੀਂ ਟੀ ਵੀ 'ਤੇ ਪ੍ਰੋਗਰਾਮ ਦੇਖਣ ਲੱਗ ਗਏ, ਹੋ ਸਕਦਾ ਉਹਦਾ ਡਾਇਰੈਕਟਲੀ ਤੁਹਾਡੇ ਨਾਲ ਕੋਈ ਸੰਬੰਧ ਨਹੀਂ, ਪਰ ਤੁਹਾਡੀ ਮਾਇੰਡ ਪ੍ਰੋਸੈਸ ਵਿੱਚ ਚਲੀ ਗਈ, ਤੁਸੀਂ ਆਪਣੇ ਹੋ ਸਕਦਾ 2 ਘੰਟੇ ਖਰਾਬ ਕਰ ਲਏ ਜਾਂ 1 ਘੰਟਾ ਖਰਾਬ ਕਰ ਲਿਆ, ਉਹ ਜਿਹੜਾ ਮਾਇੰਡ ਨੂੰ ਤੁਸੀਂ ਦੇਣਾ ਸੀ ਪ੍ਰੋਗਰੈਸਿਵਲੀ ਉਹ ਤੁਸੀਂ ਦੇ ਨਹੀਂ ਸਕੇ। ਤਾਂ ਇਸ ਕਰਕੇ ਸ਼੍ਰੀ ਕ੍ਰਿਸ਼ਨ ਉਹਦੇ 'ਤੇ ਮਤਲਬ ਮੈਡੀਟੇਸ਼ਨ ਨੂੰ ਕਾਫੀ ਇੰਪੋਰਟੈਂਸ ਦੇ ਰਹੇ ਆ ਕਿ ਤੁਸੀਂ ਮੈਡੀਟੇਸ਼ਨ ਜ਼ਰੂਰ ਆਦਤ ਪਾਓ। ਠੀਕ। ਚਾਹੇ ਥੋੜ੍ਹੀ ਦੇਰ ਹੋ, ਉਹਨੂੰ ਆਦਤ ਜ਼ਰੂਰ ਪਾਉਣੀ ਪਈ ਹੈ ਨਾ। ਫਿਰ ਉਹਨਾਂ ਨੇ ਇੱਕ ਮਾਇਆ ਦੀ ਗੱਲ ਦੱਸੀ ਕਿ ਜਿਹੜੀ ਇਹ ਮਾਇਆ ਹੈ, ਮਤਲਬ ਨਾ, ਕਿਉਂਕਿ ਐਕਚੁਅਲੀ ਮਾਇੰਡ ਹੀ ਮਾਇਆ, ਸਮਝ ਲਓ। ਠੀਕ। ਕਿ ਇਸ ਨੂੰ ਸਮਝਣਾ ਜ਼ਰੂਰੀ ਹੈ ਕਿ ਇਸ ਤੋਂ ਪਾਰ ਪਾਉਣ ਲਈ ਪਹਿਲਾਂ ਮਾਇੰਡ ਨੂੰ ਸਮਝਣਾ ਪਏਗਾ ਨਾ। ਫਿਰ ਉਹ ਅੱਗੇ ਦੱਸਦੇ ਆ ਅਗਲੇ ਚੈਪਟਰ 'ਚ ਕਿ ਗਿਆਨ ਵਿਗਿਆਨ ਯੋਗ ਹੈ, ਕਿ ਪੂਰੀ ਤਰ੍ਹਾਂ ਗਿਆਨ ਸਮਝਾਉਂਦੇ ਆ ਕਿ ਇਹ ਕੀ ਹੈ ਮਾਇਆ ਨਾ। ਤਾਂ ਉਹ ਦੱਸਦੇ ਆ ਕਿ ਜਿਹੜੀ ਮੇਰੀ ਮਾਇਆ ਅਰਜੁਨ, ਇਹ 8 ਪ੍ਰਕਾਰ ਦੀ ਮਾਇਆ ਨਾ। ਉਹਦੇ 'ਚ 8 ਪ੍ਰਕਾਰ ਕਿਹੜੇ ਨੇ? ਜਿਵੇਂ ਕਿ ਪ੍ਰਿਥਵੀ, ਜਲ, ਤੇਜ਼, ਵਾਯੂ, ਆਕਾਸ਼। ਠੀਕ। ਇਹ ਜਿਹੜੇ 5 ਜਿਹੜੇ ਕਿ ਆਪਾਂ ਨੂੰ ਜਿਹਦਾ ਸੰਸਾਰ ਚੱਲ ਰਿਹਾ, ਆਪਾਂ ਨੂੰ ਇਹੀ ਦਿਖਦਾ ਨਾ, ਸਰੀਰ ਵੀ ਉਹਦਾ ਹੀ ਬਣਿਆ ਹੋਇਆ। ਉਸ ਤੋਂ ਬਾਅਦ ਮਨ, ਬੁੱਧੀ ਅਤੇ ਅਹੰਕਾਰ। ਠੀਕ। ਇਹ ਵੀ ਉਹਨਾਂ ਉਹਦੀ ਪ੍ਰਕਿਰਤੀ ਹੈ, ਇਹਨਾਂ ਨੂੰ ਉਹ ਜੜ ਪ੍ਰਕਿਰਤੀ ਬੋਲਦੇ ਕਿ ਇੱਕ ਮਟੀਰੀਅਲਿਸਟਿਕ ਹੈ ਇਹ। ਇਹਦੇ ਨਾਲ ਮੈਂ ਮਤਲਬ ਸੰਸਾਰ ਚਲਾ ਰਿਹਾ, ਜੇ ਇਹਨਾਂ ਨੂੰ ਹਟਾ ਦਈਏ ਤਾਂ ਸੰਸਾਰ ਨਹੀਂ ਰਹਿਣਾ ਨਾ। ਠੀਕ। ਤਾਂ ਇਹ ਜਦੋਂ ਉੱਪਰੋਂ ਕ੍ਰੀਏਸ਼ਨ ਹੁੰਦਾ ਤਾਂ ਸਭ ਤੋਂ ਪਹਿਲਾਂ ਸਪੇਸ ਜਿਵੇਂ ਆਉਂਦਾ ਨਾ, ਫਿਰ ਉਸ ਤੋਂ ਬਾਅਦ ਵਾਯੂ ਨਾ। ਠੀਕ। ਫਿਰ ਜਿਵੇਂ ਫਾਇਰ ਹੈ, ਫਿਰ ਉਸ ਤੋਂ ਬਾਅਦ ਕੀ ਹੁੰਦਾ ਕਿ ਜੋ ਪਾਣੀ ਹੈ, ਫਿਰ ਅਰਥ ਹੈ, ਯਾਨੀ ਕਿ ਹੋਰ ਸਟਲ, ਮਤਲਬ ਨੀਚੇ ਜਿਹੜਾ ਗਰੋਸ ਲੈਵਲ ਹੈ, ਉੱਪਰ ਸਟਲ ਲੈਵਲ ਹੈ। ਠੀਕ। ਔਰ ਜਿਹੜਾ ਕ੍ਰੀਏਸ਼ਨ ਸਟਾਰਟ ਹੁੰਦਾ ਰਹਾ ਉੱਪਰੋਂ ਹੋਣਾ ਨਾ, ਤਾਂ ਇਸ ਤਰ੍ਹਾਂ ਨੀਚੇ ਵੀ ਜਾਂਦਾ ਨਾ। ਇੱਕ ਪਾਸੇ ਤਾਂ ਕਹਿੰਦੇ ਮੇਰੀ ਇਹ ਮਾਇਆ ਹੈ ਨਾ, ਮਤਲਬ ਨਾ, ਔਰ ਦੂਸਰੇ ਪਾਸੇ ਮੇਰੀ ਦੂਸਰੀ ਮਾਇਆ, ਉਹ ਮਾਇਆ ਕਿਹੜੀ ਹੈ? ਉਹ ਹੈ ਆਤਮਾ ਦੀ ਮਾਇਆ। ਰਾਈਟ। ਤਾਂ ਜਿਹੜੀ ਉਹ ਆਤਮਾ ਦੀ ਮਾਇਆ, ਜਿੰਨੇ ਕਿ ਪ੍ਰਾਣੀ ਨੇ, ਉਹਨਾਂ 'ਚ ਆਤਮਾ ਹੈ, ਉਹ ਵੀ ਮੇਰੀ ਮਾਇਆ, ਪਰ ਜਿਹੜੀ ਇਹ ਮਾਇਆ ਗੀ ਉਹ ਮਾਇਆ ਨਾਲ ਖੇਲ ਕਰ ਰਹੀ ਹੈ ਨਾ। ਠੀਕ। ਹਾਂ, ਇਹ ਮੇਰਾ ਹੀ ਸਾਰਾ ਸਿਸਟਮ ਚਲਾਇਆ ਨਾ, ਵੀ ਇਸ ਕਰਕੇ ਤੁਸੀਂ ਉਸ ਨੂੰ ਅਰਜੁਨ ਇਸ ਨੂੰ ਸਮਝ ਕਿ ਇਹ ਕਿਵੇਂ ਸਾਰਾ ਸਿਸਟਮ ਚੱਲਦਾ ਨਾ, ਅਤੇ ਫਿਰ ਤੂੰ ਇਸ ਨੂੰ ਪਾਰ ਕਰ ਸਕਦਾ ਨਾ। ਫਿਰ ਉਹ ਅੱਗੇ ਦੱਸਦੇ ਆ ਕਿ ਕੌਣ ਇਹਨੂੰ ਪਾਰ ਕਰ ਸਕਦਾ, ਫਿਰ ਉਹ ਭਗਤਾਂ ਬਾਰੇ ਦੱਸਦੇ ਆ, ਆਪਣੇ ਭਗਤਾਂ ਬਾਰੇ, ਕਿ ਕਈ ਤਰ੍ਹਾਂ ਦੇ ਲੋਕ ਨੇ ਜਿਹੜੇ ਮਤਲਬ ਮੈਨੂੰ ਜਾਣਨਾ ਚਾਹੁੰਦੇ ਨੇ, ਮੇਰੀ ਪ੍ਰਕਿਰਤੀ ਨੂੰ ਜਾਣਨਾ ਚਾਹੁੰਦੇ ਨੇ। ਤਾਂ ਉਹਦੇ 'ਚ ਜਿਵੇਂ ਕਿ ਅਰਥ, ਅਰਥੀ ਇੱਕ ਤਾਂ ਪਹਿਲਾਂ ਕਹਿੰਦੇ ਨਾ ਕਿ ਜਿਹੜਾ ਇੱਕ ਜਿਹਨੂੰ ਕਿ ਮੰਨ ਲਓ ਉਦੋਂ ਬੰਦਾ ਰੱਬ ਨੂੰ ਯਾਦ ਕਰੂਗਾ ਜਦੋਂ ਉਸ ਨੂੰ ਕੋਈ ਜ਼ਰੂਰਤ ਹੈ, ਮਤਲਬ ਅਰਥ ਅਰਥ। ਫਿਰ ਇੱਕ ਹੋ ਗਿਆ ਆਰਥ, ਆਰਥ ਹੋ ਗਿਆ ਕਿ ਜਦੋਂ ਉਹਨੂੰ ਕੋਈ ਬਹੁਤ ਵੱਡਾ ਸੰਕਟ ਆ ਗਿਆ ਫਿਰ ਉਹ ਪਰਮਾਤਮਾ ਨੂੰ ਯਾਦ ਕਰੂਗਾ, ਨਹੀਂ ਤਾਂ ਉਹ ਯਾਦ ਨਹੀਂ ਕਰਦਾ ਜੀ। ਇੱਕ ਹੁੰਦਾ ਕਿ ਜਗਿਆਸੂ, ਜਿਵੇਂ ਕਿ ਜਗਿਆਸੂ ਮਤਲਬ ਹੋ ਗਿਆ ਕਿ ਜਿਹੜੇ ਸਾਇੰਟਿਸਟ ਹੈ ਨਾ, ਜਿਹੜਾ ਕਿ ਸਾਇੰਟਿਸਟ ਇੱਕ ਜਗਿਆਸੂ ਦੀ ਤਰ੍ਹਾਂ ਪਰਮਾਤਮਾ ਨੂੰ ਲੱਭਦੇ ਨਾ, ਮਤਲਬ ਅਤੇ ਉਹ ਮਤਲਬ ਰਿਸਰਚ ਕਰ ਰਹੇ ਆ, ਮਟੀਰੀਅਲਿਜ਼ਮ ਦੀ ਖੋਜ ਕਰਦੇ, ਯੂਨੀਵਰਸ ਕੀ ਹੈ, ਐਟਮ ਦੀ ਰਿਸਰਚ ਕਰ ਰਹੇ ਆ, ਉਹ ਵੀ ਇੱਕ ਐਕਚੁਅਲੀ ਪਰਮਾਤਮਾ ਨੂੰ ਲੱਭ ਰਹੇ ਨਾ ਇਨਡਾਇਰੈਕਟਲੀ ਨਾ। ਤਾਂ ਕਹਿੰਦੇ ਉਹ ਵੀ ਮੇਰੀ ਭਗਤ ਹੈ ਇੱਕ ਤਰ੍ਹਾਂ ਦੇ ਨਾ। ਫਿਰ ਇੱਕ ਗਿਆਨੀ ਭਗਤ ਹੁੰਦਾ, ਉਹ ਜਿਹੜਾ ਗਿਆਨੀ ਆ ਉਹ ਇਹਨਾਂ ਚੀਜ਼ਾਂ ਤੋਂ ਹਟ ਕੇ ਹੈ, ਉਹ ਵੈਸੇ ਹੀ ਮੈਨੂੰ ਪਰਮਾਤਮਾ ਨੂੰ ਜਾਣਨ ਦੇ ਲਈ ਹੀ ਮੈਨੂੰ ਮਤਲਬ ਉਹ ਸਿਰਫ ਉਹ ਮੈਨੂੰ ਪਿਆਰ
ਔਰ ਜਿਹੜੀ ਇਹ ਸਾਰੀ ਮਾਇਆ ਇਹਨਾਂ ਨੂੰ ਸਮਝਣ ਵਾਲਾ ਜਿਵੇਂ ਕਹਿੰਦੇ ਗਿਆਨੀ ਹੈ ਨਾ ਜਿਹੜਾ ਉਹ ਸਮਝ ਲੈਂਦਾ ਮੈਡੀਟੇਸ਼ਨ ਦੇ ਨਾਲ ਨਾ ਔਰ ਉਹੀ ਮਾਇਆ ਦਾ ਯੂਜ਼ ਕਰਕੇ ਮੈਂ ਇਸ ਧਰਤੀ 'ਤੇ ਮੈਂ ਖੁਦ ਵਿਚਰਦਾ ਜਦੋਂ ਮੈਂ ਖੁਦ ਆਉਣਾ ਚੱਲ ਕੇ ਜਿਵੇਂ ਉਹ ਕਹਿ ਰਿਹਾ ਕਿ ਜਿਵੇਂ ਮੈਂ ਹੁਣ ਸਰੀਰ ਧਾਰਿਆ ਵਾ ਤਾਂ ਇਹ ਸਰੀਰ ਮੈਂ ਵੀ ਮਾਇਆ ਨਾਲ ਹੀ ਧਾਰਿਆ ਨਾ ਇਸ ਕਰਕੇ ਜਿਹੜੇ ਮੈਨੂੰ ਆਮ ਲੋਕ ਨੇ ਪਹਿਚਾਣ ਨਹੀਂ ਸਕਦੇ ਅਤੇ ਲੇਕਿਨ ਮੈਂ ਉਹਨਾਂ ਦੇ ਵਿੱਚ ਹੀ ਵਿਚਰਦਾ ਗਾ ਠੀਕ ਹੈ ਨਾ ਤਾਂ ਇਹੀ ਜਿਵੇਂ ਪ੍ਰਿਥਵੀ ਜਲ ਤੇਜ ਬਾਜੂ ਆਕਾਸ਼ ਹੈ ਇਹਨਾਂ ਨੂੰ ਮੈਂ ਉਹ ਕਰ ਰਿਹਾ ਗਾ ਨਾ ਇਹਨਾਂ ਦਾ ਯੂਜ਼ ਕਰਦਾ ਵੀ ਜਿਵੇਂ ਨੋਰਮਲ ਲੋਕ ਯੂਜ਼ ਕਰਦੇ ਆ ਜਿਵੇਂ ਮਨ ਬੁੱਧੀ ਅਹੰਕਾਰ ਹੈ ਮੈਂ ਵੀ ਉਸ ਤਰ੍ਹਾਂ ਹੀ ਯੂਜ਼ ਕਰਦਾ ਨਜ਼ਰ ਆਉਣਾ ਪਰ ਮੇਰਾ ਇਹਨਾਂ 'ਤੇ ਕੰਟਰੋਲ ਇਹ ਮੈਨੂੰ ਕੰਟਰੋਲ ਨਹੀਂ ਕਰ ਸਕਦੇ ਮੇਰਾ ਇਹਨਾਂ ਦੇ ਉੱਤੇ ਕੰਟਰੋਲ ਹੈ ਨਾ ਪਰ ਆਮ ਆਦਮੀ ਦਾ ਕੀ ਹੁੰਦਾ ਕਿ ਮਨ ਬੁੱਧੀ ਜਿਹੜੀ ਹੈ ਅਹੰਕਾਰ ਉਹ ਉਹਦੇ ਉੱਤੇ ਕੰਟਰੋਲ ਕਰਕੇ ਰੱਖਦੇ ਨਾ ਇਸ ਕਰਕੇ ਜਿਹੜੀ ਆਤਮਾ ਦੀ ਪਾਵਰ ਹੈ ਉਹ ਘੱਟ ਹੋ ਜਾਂਦੀ ਹੈ ਇਸ ਕਰਕੇ ਸ਼੍ਰੀ ਕ੍ਰਿਸ਼ਨ ਕਹਿ ਰਹੇ ਸੀ ਕਿ ਮਤਲਬ ਜਿਹੜਾ ਮੈਡੀਟੇਸ਼ਨ ਇਨਸਾਨ ਕਰੂਗਾ ਉਹ ਇਸ ਪ੍ਰਕਿਰਤੀ ਨੂੰ ਹੌਲੀ 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 ਮਤਲਬ ਕ੍ਰੋਸ ਕਰਦਾ ਚਲਿਆ ਜਾਊਗਾ ਉੱਪਰ ਨੂੰ ਫਿਰ ਜਾ ਕੇ ਉਹਨੂੰ ਇਹ ਚੀਜ਼ ਸਮਝਣ ਆਉਣ ਲੱਗੂ ਕਿ ਇਹ ਐਕਚੁਅਲੀ ਸ੍ਰਿਸ਼ਟੀ ਬਣੀ ਕਿਵੇਂ ਹੈ ਔਰ ਜਿਹੜਾ ਸਾਰਾ ਕੁਛ ਆ ਇਹ ਆਪਣੇ ਅੰਦਰ ਹੈ ਜਿਵੇਂ ਨਾ ਜਿਵੇਂ ਪ੍ਰਿਥਵੀ ਹੈ ਜਿਵੇਂ ਕਿ ਲੋਕ ਜਿਹੜੇ ਮੈਡੀਟੇਸ਼ਨ ਕਰਦੇ ਆ ਉਹਨਾਂ ਦੇ ਕੀ ਅਨੁਭਵ ਹੁੰਦੇ ਆ ਪਹਿਲਾਂ ਤਾਂ ਆਪਾਂ ਹੁਣ ਗ੍ਰੋਸ ਲੈਵਲ 'ਤੇ ਬੈਠੇ ਹਾਂ ਠੀਕ ਤਾਂ ਹੁਣ ਜਦੋਂ ਆਪਾਂ ਮੂਵ ਕਰਦੇ ਹਾਂ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਮੇਰਾ ਜਿਹੜਾ ਐਕਸਿਸਟੈਂਸ ਹੈ ਉਹ ਗ੍ਰੋਸ ਲੈਵਲ 'ਤੇ ਹੀ ਆ ਠੀਕ ਹੈ ਨਾ ਆਪਾਂ ਬੋਡੀ ਨਾਲ ਮੂਵ ਕਰਦੇ ਹਾਂ ਜਦੋਂ ਆਪਾਂ ਸਾਹਮਣੇ ਸ਼ੀਸ਼ੇ 'ਚ ਆਪਣੀ ਪਿਕਚਰ ਦੇਖਦੇ ਤਾਂ ਆਪਾਂ ਨੂੰ ਚਿਹਰਾ ਹੀ ਨਜ਼ਰ ਆਏਗਾ ਜਿਹੜਾ ਕਿ ਅਰਥ ਤੋਂ ਬਣਿਆ ਵਾ ਮਿੱਟੀ ਤੋਂ ਬਣਿਆ ਜਾਂ ਆਪਾਂ ਖਾਂਦੇ ਹਾਂ ਜੋ ਫਰੂਟ ਫੂਡ ਵਗੈਰਾ ਖਾਂਦੇ ਉਸ ਤੋਂ ਬਣਿਆ ਵਾ ਲੇਕਿਨ ਜਦੋਂ ਮੈਡੀਟੇਸ਼ਨ ਕਰਦਾ ਤਾਂ ਉਹਨੂੰ ਪਤਾ ਲੱਗਣ ਲੱਗ ਜਾਂਦਾ ਐਕਚੁਅਲੀ ਕੁਛ ਹੋਰ ਤਰ੍ਹਾਂ ਦੀ ਮਤਲਬ ਫੀਲਿੰਗ ਆਉਣ ਲੱਗਦੀ ਹੈ ਮਾਇੰਡ ਦੇ ਵਿੱਚ ਜਿਵੇਂ ਲਿਕੁਇਡ ਕਿ ਆਪਾਂ ਮਤਲਬ ਮੈਂ ਗ੍ਰੋਸ ਨਹੀਂ ਹੈਗਾ ਜਦੋਂ ਆਪਾਂ ਚੱਲਦੇ ਹਾਂ ਆਪਾਂ ਨੂੰ ਕਦੇ ਵੀ ਹੁਣ ਕੋਈ ਲਿਕੁਇਡ ਫੀਲਿੰਗ ਨਹੀਂ ਹੁੰਦੀ ਪਰ ਜਿਹੜੀ ਡਰਿੰਕ ਹੈ ਜਿਵੇਂ ਲੋਕ ਡਰਿੰਕ ਲੈਂਗੇ ਉਹਨਾਂ ਨੂੰ ਮਾਇੰਡ ਐਂ ਲੱਗੂ ਕਿ ਬੇਬ ਜਿਹਾ ਕਰਦਾ ਥੋੜ੍ਹਾ ਜਿਹਾ ਹੈ ਨਾ ਤਾਂ ਉਹ ਥੋੜ੍ਹਾ ਜਿਹਾ ਇੱਕ ਲੈਵਲ ਹੋਰ ਹੈ ਨਾ ਕਿਉਂਕਿ ਉਹ ਡਿਸਕਨੈਕਟ ਜਿਹਾ ਹੋਣ ਲੱਗ ਜਾਂਦਾ ਬਾਡੀ ਨਾਲ ਜਿਹੜਾ ਮਾਇੰਡ ਹੈ ਨਾ ਥੋੜ੍ਹਾ ਜਿਹਾ ਤਾਂ ਉਹ ਜਿਵੇਂ ਇੱਕ ਵਾਟਰ ਹੈ ਜਿਹੜਾ ਅਰਥ ਤੋਂ ਵਾਟਰ 'ਤੇ ਆ ਜਾਂਦੇ ਲੋਕ ਨਾ ਫਿਰ ਉਸ ਤੋਂ ਬਾਅਦ ਫਾਇਰ ਕਿ ਜਿਹੜੀ ਬਾਡੀ ਦੇ ਵਿੱਚ ਆਪਣੀ ਹੀਟ ਹੈ ਜਿਵੇਂ ਜਿਹਦੇ ਨਾਲ ਫੂਡ ਡਾਈਜੈਸਟ ਹੁੰਦਾ ਇਹ ਵੀ ਹੈਗੀ ਹੈ ਨਾ ਜਿਵੇਂ ਮੈਡੀਟੇਸ਼ਨ ਕਰਦੇ ਆ ਕਈ ਵਾਰੀ ਇੱਥੇ ਵੀ ਹੀਟ ਹੋਣ ਲੱਗ ਜਾਂਦੀ ਨਾ ਉਹ ਵੀ ਬਾਡੀ ਦੇ ਵਿੱਚ ਹੈਗੀ ਹੈ ਉਸ ਨੂੰ ਲੋਕ ਗ੍ਰੈਜੂਏਟ ਕਰਦੇ ਆ ਜਿਵੇਂ ਹਵਾ ਹੈ ਜਿਵੇਂ ਆਪਾਂ ਕਹਿੰਦੇ ਵਾਯੂ ਹੈ ਉਸ ਤੋਂ ਵੀ ਉਹ ਉੱਪਰ ਜਾਂਦੇ ਆ ਨਾ ਫਿਰ ਆਕਾਸ਼ ਲੈਵਲ 'ਤੇ ਆ ਜਾਂਦਾ ਜਿਵੇਂ ਇਹ ਜਿਹੜੇ ਬਾਜੂ ਅਤੇ ਆਕਾਸ਼ ਹੈ ਜਿਵੇਂ ਲੋਕ ਮੈਡੀਟੇਸ਼ਨ ਕਰਦੇ ਆ ਤਾਂ ਉਹਨਾਂ ਨੂੰ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਕਿ ਜਿਹੜਾ ਉਹਨਾਂ ਦਾ ਇਹ ਮਾਇੰਡ ਹੈ ਜਿਵੇਂ ਉਹ ਫਲੋਟ ਕਰਦਾ ਨਾ ਜਿਵੇਂ ਤੁਸੀਂ ਲੱਗਦਾ ਕਿ ਕਈ ਲੋਕਾਂ ਨੂੰ ਐਂ ਲੱਗੂਗਾ ਕਿ ਮੈਂ ਹਵਾ 'ਚ ਫਲੋਟ ਕਰ ਰਿਹਾ ਨਾ ਐਕਚੁਅਲੀ ਉਹ ਬਾਡੀ ਨਹੀਂ ਫਲੋਟ ਕਰ ਰਹੀ ਉਹ ਆਪਾਂ ਜਿਵੇਂ ਕਹਿੰਦੇ ਕਿ ਉਹ ਮਾਇੰਡ ਫਲੋਟ ਕਰਦਾ ਪਰ ਕਈ ਲੋਕ ਕਹਿੰਦੇ ਆ ਕਿ ਉਹ ਹਵਾ 'ਚ ਮੈਂ ਉੱਡ ਰਿਹਾ ਸੀ ਜਿਵੇਂ ਉਹ ਫਿਜ਼ੀਕਲੀ ਨਹੀਂ ਸੀ ਉੱਡ ਰਿਹਾ ਐਕਚੁਅਲੀ ਉਹ ਮਾਇੰਡ ਇਸ ਤਰ੍ਹਾਂ ਲੱਗਦਾ ਸੀ ਕਿ ਮੈਂ ਮਤਲਬ ਜਿਵੇਂ ਟਰੈਵਲ ਕਰ ਰਿਹਾ ਨਾ ਮਤਲਬ ਜਿਹੜਾ ਮਾਇੰਡ ਹੈ ਨਾ ਉਹ ਜਿਵੇਂ ਸਪੇਸ ਦੇ ਵਿੱਚ ਨਾ ਪਰ ਹੋਰ ਅੱਗੇ ਕੀ ਹੈ ਕਿ ਇਸ ਤੋਂ ਅੱਗੇ ਵੀ ਇੱਕ ਹੋਰ ਜਗਤ ਹੈ ਜਿਵੇਂ ਉਹ ਕਹਿੰਦੇ ਮਨ ਬੁੱਧੀ ਅਹੰਕਾਰ ਨਾ ਫਿਰ ਉਹ ਸਟਲ ਲੈਵਲ ਨੇ ਹੋਰ ਵੀ ਇਸ ਤੋਂ ਫਿਰ ਉਹ ਸਮਝ ਆਉਣ ਲੱਗ ਜਾਂਦੇ ਨਾ ਫਿਰ ਹੋਰ ਉਸ ਤੋਂ ਸਟਲ ਲੈਵਲ ਹੈ ਜਿਵੇਂ ਆਪਣੇ ਲਈ ਹੁਣ ਕੀ ਹੈ ਨੇਚਰਲੀ ਕਿ ਆਪਾਂ ਨੂੰ ਸਪੇਸ ਹੀ ਸਭ ਤੋਂ ਸਟਲ ਲੱਗਦਾ ਕਿ ਇਦੋਂ ਸੂਖਮ ਕੁਛ ਨਹੀਂ ਹੋ ਸਕਦਾ ਕਿਉਂਕਿ ਇਹਦੇ ਵਿੱਚ ਹੀ ਸਾਰਾ ਕੁਛ ਚੱਲ ਰਿਹਾ ਆਪਣੇ ਲਈ ਪਰ ਹੋਰ ਉਸ ਤੋਂ ਸੂਖਮ ਹੋ ਸਕਦਾ ਮਨ ਵੀ ਬੁੱਧੀ ਵੀ ਅਹੰਕਾਰ ਵੀ ਉਸ ਤੋਂ ਸੂਖਮ ਪਰ ਜਿਹੜੀ ਆਤਮਾ ਹੈ ਉਹ ਉੱਥੇ ਪ੍ਰਵੇਸ਼ ਕਰਦੀ ਹੈ ਹੌਲੀ ਹੌਲੀ ਨਾ ਇੱਥੋਂ ਨਿਕਲ ਕੇ ਸਰੀਰ 'ਚੋਂ ਤਾਂ ਉਹਨੂੰ ਪਤਾ ਲੱਗਣ ਲੱਗ ਜਾਂਦਾ ਵੀ ਇਹ ਮਨ ਬੁੱਧੀ ਅਹੰਕਾਰ ਦਾ ਵੀ ਆਪਣਾ ਜਗਤ ਹੈ ਨਾ ਫਿਰ ਉਹ ਜਿਹੜੀ ਆਤਮਾ ਹੈ ਉਹ ਹੌਲੀ ਹੌਲੀ ਜਿਹੜੀ ਹੈ ਉੱਪਰ ਨੂੰ ਉੱਠਣ ਲੱਗ ਜਾਂਦੀ ਜਿੱਥੇ ਕਿ ਉਹਦੇ ਜਿਹੜੇ ਸਾਰੇ ਇਹ ਬੌਂਡੇਜ਼ ਨੇ ਮਤਲਬ ਇਹ ਪ੍ਰਿਥਵੀ ਜਲ ਤੇਜ ਬਾਜੂ ਆਕਾਸ਼ ਦੇ ਜਾਂ ਮਨ ਬੁੱਧੀ ਅਹੰਕਾਰ ਦੇ ਜਿੰਨੇ ਵੀ ਇਹ ਬੌਂਡੇਜ਼ ਬਣੇ ਵੇ ਨੇ ਮਾਇਆ ਦੇ ਤਾਂ ਉਹ ਟੁੱਟਣੇ ਸ਼ੁਰੂ ਹੋ ਜਾਂਦੇ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਨਾ ਫਿਰ ਜਿਹੜੀ ਆਤਮਾ ਗੀ ਉਹਨੂੰ ਉਹਦਾ ਜਿਹੜਾ ਪ੍ਰਕਾਸ਼ ਰੂਪ ਹੈ ਜਿਵੇਂ ਕਹਿੰਦੇ ਆ ਉਹ ਫਿਰ ਉਹਨੂੰ ਪ੍ਰਕਾਸ਼ ਨਜ਼ਰ ਆਉਂਦਾ ਔਰ ਇਸੇ ਕਰਕੇ ਤੁਸੀਂ ਦੇਖਦੇ ਹੋ ਕਿ ਜਿਵੇਂ ਵੀ ਹੁਣ ਜਿਹੜੇ ਜ਼ਿਆਦਾਤਰ ਲੋਕ ਨੇ ਵਿਦੇਸ਼ਾਂ ਦੇ ਵਿੱਚ ਉਹ ਮੈਡੀਟੇਸ਼ਨ ਨੂੰ ਬੜਾ ਪਕੜ ਰਹੇ ਨਾ ਇਹ ਮੈਡੀਟੇਸ਼ਨ ਦਾ ਕਾਰਨ ਕੀ ਹੈ ਕਿ ਜਿਵੇਂ ਆਪਾਂ ਮਤਲਬ ਗੀਤਾ ਦੇ ਵਿੱਚ ਵੀ ਮੈਡੀਟੇਸ਼ਨ ਨੇ ਡਾਇਰੈਕਟ ਮੈਡੀਟੇਸ਼ਨ ਦੀ ਗੱਲ ਕੀਤੀ ਨਾ ਇੱਕ ਹੋਰ ਪੁਸਤਕ ਹੈ ਜਿਹੜੀ ਕਿ ਬਹੁਤ ਫੇਮਸ ਹੈ ਯੋਗਾ ਸਟੂਡੀਓ ਦੇ ਵਿੱਚ ਉਹਨੂੰ ਕਹਿੰਦੇ ਯੋਗ ਸੂਤਰ ਨਾ ਅਤੇ ਉਹ ਵੀ ਐਕਚੁਅਲੀ ਉਹ ਡਾਇਰੈਕਟਲੀ ਉਹ ਵੀ ਮੈਡੀਟੇਸ਼ਨ ਵਗੈਰਾ 'ਤੇ ਗੱਲਾਂ ਕਰਦੇ ਪਰ ਉਸ ਤੋਂ ਪਹਿਲਾਂ ਉਹਨਾਂ ਨੇ ਕੀ ਦੱਸਦੇ ਆ ਉਹਦੇ ਵਿੱਚ ਕਿ ਤੁਸੀਂ ਹੋਰ ਸਟੈਪ ਪੂਰੇ ਕਰ ਲਿਓ ਸ਼੍ਰੀ ਕ੍ਰਿਸ਼ਨ ਵੀ ਉਹਨਾਂ ਨੂੰ ਕਹਿ ਰਿਹਾ ਕਿਸੇ ਹੋਰ ਸ਼ਬਦਾਂ 'ਚ ਯੋਗ ਸੂਤਰ 'ਚ ਕਿਵੇਂ ਲਿਖਿਆ ਕਿ ਜਿਵੇਂ ਉਹ ਲਿਖਿਆ ਯਾਮ ਨਿਯਮ ਆਸਨ ਕਿ ਤੁਸੀਂ ਪਹਿਲਾਂ ਅੱਛੇ ਵਿਅਕਤੀ ਬਣੋ ਨਾ ਇਹਨਾਂ ਨੂੰ ਇਸ ਤਰ੍ਹਾਂ ਦੇ ਰੂਲ ਬਣੋ ਨਾ ਹੈ ਨਾ ਸੱਤਿਆ ਅਹਿੰਸਾ ਸਤਿਆ ਬ੍ਰਹਮਚਰਿਆ ਪ੍ਰੀਗ੍ਰਹ ਕਈ ਕੁਛ ਆ ਉਹਦੇ ਵਿੱਚ ਕਿ ਤੁਸੀਂ ਇਸ ਤਰ੍ਹਾਂ ਦਾ ਜੀਵਨ ਅਪਣਾਓ ਫਿਰ ਜਿਵੇਂ ਉਹਦੇ ਵਿੱਚ ਅੱਗੇ ਹੁੰਦਾ ਕਿ ਤੁਸੀਂ ਜਿਵੇਂ ਮੰਨ ਲਓ ਫਿਰ ਆਸਨ ਕਰਨ ਲੱਗਦੇ ਹੋ ਜਦੋਂ ਉਹਨਾਂ ਨੂੰ ਅੱਛੇ ਵਿਅਕਤੀ ਬਣ ਕੇ ਆਪਣੇ ਕਰੈਕਟਰ ਨੂੰ ਕਲੀਨ ਕਰਦੇ ਹੋ ਤੁਸੀਂ ਫਿਰ ਆਸਨ 'ਤੇ ਆ ਜਾਂਦੇ ਹਾਂ ਫਿਰ ਆਪਾਂ ਨਾ ਫਿਰ ਪ੍ਰਾਣਾਯਾਮ 'ਤੇ ਆਓ ਤੁਸੀਂ ਹੁਣ ਜਿਵੇਂ ਜ਼ਿਆਦਾਤਰ ਸਟੂਡੀਓ 'ਚ ਆਸਨ ਵਗੈਰਾ ਕਰਦੇ ਨਾ ਉਹ ਫਿਰ ਪ੍ਰਾਣਾਯਾਮ ਆਉਂਦਾ ਜਦੋਂ ਤੁਸੀਂ ਆਸਨ ਵੈਸੇ ਤੁਸੀਂ ਪ੍ਰਾਣਾਯਾਮ ਕਰੋਗੇ ਤੁਹਾਨੂੰ ਨਹੀਂ ਆਏਗਾ ਨਾ ਮਤਲਬ ਮੁਸ਼ਕਲ ਲੱਗੇਗਾ ਲੇਕਿਨ ਜਿਵੇਂ ਆਸਨ ਜਿਹੜੇ ਲੋਕ ਕਰਦੇ ਆ ਫਿਰ ਉਹ ਅਗਲੇ ਮੂਵਮੈਂਟ 'ਤੇ ਪ੍ਰਾਣਾਯਾਮ 'ਤੇ ਕਰਦੇ ਫਿਰ ਉਹ ਪ੍ਰਾਣਾਯਾਮ ਨਾਲ ਧਾਰ
ਜਿਵੇਂ ਕਹਿੰਦੇ ਕਿ ਸਮਾਧੀ 'ਚ ਚਲਿਆ ਗਿਆ ਨਾ, ਰਾਈਟ, ਇਹ ਸਮਾਧੀ ਹੋਏਗੀ ਮਤਲਬ ਛੋਟੇ ਛੋਟੇ ਲੈਵਲ ਦੀ ਹੋਏਗੀ, ਹੋ ਸਕਦਾ ਕਿ ਕਿਸੇ ਨੂੰ ਇਹ ਇੱਕ ਸਕਿੰਟ ਦੀ ਸਮਾਧੀ ਆਵੇ, ਇੱਕ ਸਕਿੰਟ ਦਾ ਅਨੁਭਵ ਹੋਵੇ ਕੋਈ, ਮਤਲਬ ਤੁਸੀਂ ਕਰ ਰਹੇ ਹੋ ਫੇਲ ਡਾਊਨ ਜੇ, ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਚੱਕਰ ਨੇ ਨਾ, ਉਹ ਚੱਕਰਾਂ ਦੇ ਵਿੱਚ ਚੱਲ ਰਹੀ ਆਤਮਾ ਹਮੇਸ਼ਾ ਉੱਪਰ ਨੀਚੇ ਚੱਲਦੀ ਹੈ। ਜਿਵੇਂ ਤੁਸੀਂ ਦੇਖੋਗੇ ਕਈ ਵਾਰੀ ਇੱਕ ਪਾਸੇ ਤਾਂ ਕੋਈ ਬੰਦਾ ਪਾਵਰ ਲਈ ਭੱਜ ਰਿਹਾ, ਦੂਸਰੇ ਪਾਸੇ ਉਹ ਪ੍ਰੇਮ ਲਈ ਵੀ ਚੱਲ ਰਿਹਾ, ਯਾਨੀ ਕਿ ਉਹ ਹਾਰਟ ਚੱਕਰ ਉੱਤੇ ਵੀ ਫੰਕਸ਼ਨ ਕਰ ਰਿਹਾ ਔਰ ਤੀਸਰੇ ਚੱਕਰ 'ਤੇ ਵੀ ਫੰਕਸ਼ਨ ਕਰ ਰਿਹਾ। ਸੋ ਇਹ ਬੈਲੈਂਸਡ ਹੈਗਾ, ਸਥਿਰ ਨਹੀਂ ਹੁੰਦਾ, ਇਹ ਅਪ ਡਾਊਨ ਰਹਿੰਦਾ, ਡਿਪੈਂਡਿੰਗ ਅਪੋਨ ਤੁਹਾਡੀ ਕੀ ਉਸ ਸਮੇਂ ਬਿਰਤੀ ਕੀ ਹੈ, ਤੁਹਾਡੀ ਸੋਚ ਕੀ ਹੈ। ਲੈਣੇ ਇੱਕ ਛੋਟੀ ਜਿਹੀ ਬ੍ਰੇਕ ਜੀ, ਵਾਪਸ ਆ ਕੇ ਹੋਰ ਇਸ ਵਿਸ਼ੇ ਉੱਤੇ ਤੁਹਾਡੇ ਤੋਂ ਜਾਣਕਾਰੀ ਲੈਣੇ। ਕੈਸਕੇਡ ਇੰਸ਼ੋਰੈਂਸ ਇੱਕ ਵਨ ਸਟਾਪ ਇੰਸ਼ੋਰੈਂਸ ਏਜੰਸੀ ਹੈ ਜਿੱਥੇ ਤੁਹਾਨੂੰ ਆਟੋ ਇੰਸ਼ੋਰੈਂਸ ਤੋਂ ਇਲਾਵਾ ਹਰ ਪ੍ਰਕਾਰ ਦੀ ਇੰਸ਼ੋਰੈਂਸ ਮਿਲ ਸਕਦੀ ਹੈ। ਬਰਨਬੀ, ਲੈਂਗਲੀ, ਸਰੀ ਤੇ ਐਬਲਸਫੋਰਡ ਦੀਆਂ ਬ੍ਰਾਂਚਿਸ ਵਿੱਚ ਤੁਹਾਨੂੰ ਪਰਸਨਲਾਈਜ਼ ਸਰਵਿਸ ਦਿੱਤੀ ਜਾਂਦੀ ਹੈ। ਕਿਸੇ ਵੀ ਬ੍ਰਾਂਚ ਵਿੱਚ ਆ ਕੇ ਇਹਨਾਂ ਦੀਆਂ ਸੇਵਾਵਾਂ ਦਾ ਫਾਇਦਾ ਜ਼ਰੂਰ ਲਓ। ਸਾਡੀ ਫੈਮਿਲੀ ਤੁਹਾਡੀ ਫੈਮਿਲੀ ਨੂੰ ਇਨਵਾਈਟ ਕਰਦੀ ਹੈ। ਸਾਨੂੰ ਇੱਕ ਮੌਕਾ ਦਿਓ, ਯੂ ਵਿਲ ਫੀਲ ਦ ਡਿਫਰੈਂਸ। ਹੋਰ ਜਾਣਕਾਰੀ ਲਈ 604-430-553 ਤੇ ਫੋਨ ਕਰੋ। ਆਚਾਰਿਆ ਅਮਨ ਜੀ ਸਾਡੇ ਨਾਲ ਸਾਂਝ ਪਾ ਰਹੇ ਨੇ ਕਿ ਗੀਤਾ ਦਾ ਕੀ ਸਾਰ ਹੈ, 6ਵੇਂ ਅਤੇ 7ਵੇਂ ਅਧਿਆਏ ਦੇ ਵਿੱਚ ਕੀ ਉਪਦੇਸ਼ ਦਿੱਤਾ ਜਾਂਦਾ ਹੈ ਅਰਜੁਨ ਨੂੰ ਭਗਵਾਨ ਕ੍ਰਿਸ਼ਨ ਵੱਲੋਂ, ਆ ਉਸ ਬਾਰੇ ਹੋਰ ਜਾਣਕਾਰੀ ਲੈਣੇ ਜੀ। ਸੋ ਤੁਸੀਂ ਗੱਲ ਕਰ ਰਹੇ ਸੀ ਜੀ ਕਿ ਜਿਹੜੀ ਬਿਰਤੀ ਹੈਗੀ ਹੈ ਉਸ ਦੇ ਅਨੁਸਾਰ ਹੀ ਤੁਹਾਡਾ ਸੋਚ ਅਪ ਡਾਊਨ ਜਿਹੜੀ ਹੈਗੀ ਜੀ ਉਹ ਚੱਲ ਰਹੀ ਹੈਗੀ ਹੈ, ਇਹ ਕਿਸ ਤਰ੍ਹਾਂ ਕੀ ਹੁੰਦਾ ਕੀ ਹੈਗਾ? ਐਕਚੁਲੀ ਜੋ ਇਹ ਲੇਵਲਸ ਆਫ ਕੌਨਸ਼ੀਅਸਨੈਸ, ਠੀਕ ਹੈ, ਤੋ ਐਵਰੀਬਾਡੀ ਹੈਜ਼ ਇਟਸ ਓਨ ਲੇਵਲ, ਕਿ ਤੁਸੀਂ ਇੱਕ ਜਨਮਾਂ ਤੋਂ ਨਹੀਂ ਚੱਲ ਰਿਹਾ, ਕਈ ਜਨਮਾਂ ਤੋਂ ਚੱਲਦਾ ਆ ਰਿਹਾ ਨਾ। ਇਸ ਕਰਕੇ ਜਿਵੇਂ ਕਈ ਬੱਚੇ ਨੇ ਉਹ ਸ਼ੁਰੂ ਤੋਂ ਹੀ ਉਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਨੇ ਕਿ ਜਿਵੇਂ ਕੋਈ ਫਿਲੋਸਫਰ ਨੇ ਬੱਚੇ 10-12 ਸਾਲ ਤੋਂ ਇਹਨਾਂ 'ਚ ਸਪਿਰਚੁਅਲਿਟੀ ਆ ਜਾਂਦੀ ਹੈ, ਕਈ ਬੰਦੇ ਇਸ ਤਰ੍ਹਾਂ ਕਿ ਉਹ 50-60-70 ਸਾਲ ਤੱਕ ਜਾ ਕੇ ਵੀ ਉਹ ਆਤਮਾ ਜਾਂ ਉਹ ਪਰਮਾਤਮਾ ਉਧਰ ਇੰਟਰਸਟ ਨਹੀਂ ਲੈ ਸਕਦੇ ਨਾ। ਇਸ ਕਰਕੇ ਉਹ ਲੇਵਲ ਦੱਸ ਰਿਹਾ ਕਿ ਹਮੇਸ਼ਾ ਉੱਪਰ ਨੀਚੇ ਚੱਲਦੇ ਰਹੇ, ਪਰ ਜੇ ਤੁਸੀਂ ਇਸਨੂੰ ਕੌਨਸ਼ੀਅਸਲੀ ਕਰ ਲਓਗੇ ਇਸ ਬੈਟਰ ਨਾ, ਕੌਨਸ਼ੀਅਸ ਖੁਦ ਤੁਸੀਂ ਇਹਨੂੰ ਓਪਰੇਟ ਕਰ ਸਕਦੇ ਹੋ। ਇਹਦੇ ਲਈ ਜ਼ਰੂਰੀ ਨਹੀਂ ਕਿ ਮਤਲਬ ਜਿਵੇਂ ਕੋਈ ਪਰਮਾਤਮਾ ਨੂੰ ਮੰਨਣਾ ਵੀ ਜ਼ਰੂਰੀ ਹੈ। ਜਿਹੜੇ ਹੁਣ ਵਿਦੇਸ਼ਾਂ 'ਚ ਮੈਡੀਟੇਸ਼ਨ ਇਸ ਕਰਕੇ ਪ੍ਰਸਿੱਧ ਹੋ ਰਿਹਾ ਕਿ ਜੋ ਸਾਇੰਸ ਦੀ ਟੈਕਨੀਕਸ ਨੇ ਜਿਵੇਂ ਸਾਇੰਟੀਫਿਕਲੀ ਪ੍ਰੂਵ ਟੈਕਨੀਕਸ ਕਿ ਮੈਡੀਟੇਸ਼ਨ ਨਾਲ ਕੀ ਅਸਰ ਹੁੰਦਾ, ਔਰ ਇਹ ਆਪਣੇ ਗ੍ਰੰਥਾਂ 'ਚ ਵੀ ਆਉਂਦਾ ਕਿ ਤੁਸੀਂ ਮੰਨ ਲਓ ਕਿਸੇ ਨੂੰ ਵੀ ਨਹੀਂ ਮੰਨਦੇ, ਸਿਰਫ ਤੁਸੀਂ ਆਪਣੇ ਆਪ ਨੂੰ ਜਾਣਨਾ ਚਾਹੁੰਦੇ ਹੋ ਉਹਨੂੰ ਵੀ ਮੁਕਤੀ ਹੋ ਸਕਦੀ, ਰਾਈਟ ਨਾ। ਤੁਸੀਂ ਮਤਲਬ ਆਪਣੇ ਆਪ ਨੂੰ ਜਾਣਨਾ ਸ਼ੁਰੂ ਕਰੋ, ਮੈਡੀਟੇਸ਼ਨ ਸ਼ੁਰੂ ਕਰੋ। ਜਿਵੇਂ ਕਿ ਇੱਕ ਨਾ ਆਪਣੇ ਗ੍ਰੰਥਾਂ 'ਚ ਆਉਂਦਾ ਕਿ ਅਹਮ ਬ੍ਰਹਮ ਅਸਮੀ, ਇਹਦਾ ਮਤਲਬ ਸੀ ਕਿ ਮੈਂ ਹੀ ਬ੍ਰਹਮ ਹੈ ਨਾ। ਜਿਵੇਂ ਆਪਣੀ ਬਾਣੀ 'ਚ ਆਉਂਦਾ ਬ੍ਰਹਮ ਗਿਆਨੀ ਸਦਾ ਨਿਰਲੇਪ, ਤੇ ਕੀ ਬ੍ਰਹਮ ਗਿਆਨੀ ਕੀ ਇਹ ਕਿਉਂ ਬੋਲਦਾ ਕਿ ਮੈਂ ਬ੍ਰਹਮ ਹੈ ਨਾ, ਉਹਦਾ ਕਾਰਨ ਇਹ ਕਿ ਜਿਵੇਂ ਪਰਮਾਤਮਾ ਨਾ, ਪਰਮਾਤਮਾ ਕੋਲ ਕੁਛ ਐਕਸਟਰਾ ਮਟੀਰੀਅਲ ਨਹੀਂ ਹੈਗਾ ਨਾ, ਉਹ ਖੁਦ ਹੀ ਹੈ ਸਾਰਾ ਕੁਛ। ਤਾਂ ਉਹਨੇ ਕੀ ਕੀਤਾ ਕਿ ਬਨ ਵਕੇ ਮੈਂ ਨਹੀਂ ਨਾ, ਕਿ ਉਹ ਖੁਦ ਹੀ ਮਲਟੀਪਲਾਈਡ ਹੋ ਗਿਆ ਨਾ। ਤਾਂ ਜਿਵੇਂ ਇੱਕ ਮਾਇੰਡ ਤੋਂ, ਯੂਨੀਵਰਸਲ ਮਾਇੰਡ ਤੋਂ ਮੈਂ ਨਹੀਂ ਇੰਡੀਵਿਜੁਅਲ ਮਾਇੰਡਸ ਨਿਕਲੇ, ਠੀਕ ਹੈ ਨਾ। ਜਿਵੇਂ ਮੰਨ ਲਓ ਸਮੁੰਦਰ ਦੇ ਉੱਤੇ ਬੁਲਬਲੇ ਨਹੀਂ ਆ ਜਾਂਦੇ ਜਿਸ ਤਰ੍ਹਾਂ, ਇਸ ਤਰ੍ਹਾਂ ਜਿਹੜੇ ਮੰਨ ਲਾ ਲਓ ਕਿ ਆਪਾਂ ਜਿਹੜੇ ਸਾਰੀਆਂ ਆਤਮਾਵਾਂ ਹੈ ਉਹ ਇੱਕ ਇੰਡੀਵਿਜੁਅਲ ਮਾਇੰਡ ਨੇ ਨਾ, ਠੀਕ। ਤਾਂ ਉਹ ਸਮੁੰਦਰ ਦੇ ਵਿੱਚੋਂ ਉਹ ਉੱਠੀਆਂ ਨਾ ਬੁਲਬਲੇ ਇਸ ਤਰ੍ਹਾਂ, ਤਾਂ ਉਹ ਇੱਕ ਮਾਇੰਡ ਬਣ ਗਿਆ ਨਾ। ਤਾਂ ਉਹ ਜਿਵੇਂ ਤੁਸੀਂ ਉਸਨੂੰ ਮਤਲਬ ਕੋਈ ਵੀ ਜਿਹੜਾ ਉਸਨੂੰ ਜਾਣ ਸਕਦਾ ਕਿ ਜਿਵੇਂ ਮੰਨ ਲਓ ਮੈਡੀਟੇਸ਼ਨ ਆ ਇਸ ਚੀਜ਼ ਨੂੰ ਜਾਣਨਾ ਸ਼ੁਰੂ ਕਰੇ, ਤਾਂ ਹੌਲੀ ਹੌਲੀ ਉਹ ਇਸ ਨਤੀਜੇ 'ਤੇ ਪਹੁੰਚ ਜਾਂਦਾ ਕਿ ਐਕਚੁਅਲੀ ਉਹ ਦੋਨੇ ਇੱਕੋ ਹੀ ਹੈ ਨਾ, ਕਿ ਜਿਵੇਂ ਪਰਮਾਤਮਾ ਜਿਹਨੂੰ ਆਪਾਂ ਬ੍ਰਹਮ ਕਹਿ ਦਿੰਦੇ ਹਾਂ ਅਤੇ ਆਤਮਾ ਇਹਦੋਂ ਨੇ ਇੱਕੋ ਹੀ ਹੈ ਨਾ। ਤਾਂ ਫਿਰ ਉੱਥੇ ਜਾ ਕੇ ਉਹਦੀਆਂ ਜਿਹੜੀਆਂ ਉਹ ਸਾਰੇ ਜਿਹੜੇ ਕੁਐਸਚਨਸ ਨੇ ਉਹ ਖਤਮ ਹੋ ਜਾਂਦੇ, ਉਹ 'ਚ ਇੱਕ ਜੀਵਨ 'ਚ ਪੂਰਨ ਸ਼ਾਂਤੀ ਪ੍ਰਵੇਸ਼ ਕਰ ਜਾਂਦੀ ਹੈ। ਹਾਂ, ਇਸ ਕਰਕੇ ਮਤਲਬ ਮੈਡੀਟੇਸ਼ਨ ਹੈ ਜਿਹੜਾ ਉਹਦੇ ਲਈ ਤੁਸੀਂ ਮੰਨਦੇ ਵੀ ਨਹੀਂ ਹੈ ਪਰਮਾਤਮਾ ਨੂੰ, ਤਾਂ ਵੀ ਕੋਈ ਫਰਕ ਨਹੀਂ, ਕਿਉਂਕਿ ਉਹਦਾ ਕਾਰਨ ਇਹ ਹੈ ਕਿ ਆਤਮਾ ਤੋਂ ਅਲੱਗ ਹਟ ਕੇ ਕੋਈ ਵੀ ਦੂਸਰਾ ਪਰਮਾਤਮਾ ਨਹੀਂ। ਪਰਮਾਤਮਾ ਮਤਲਬ ਇਹ ਹੋ ਗਿਆ ਕਿ ਜਿਵੇਂ ਆਪਾਂ ਕਹਿੰਦੇ ਬੂੰਦ ਅਤੇ ਸਮੁੰਦਰ 'ਚ ਕੀ ਫਰਕ ਹੈ ਨਾ, ਜਦੋਂ ਬੂੰਦ ਨੂੰ ਆਪਣੀ ਨੇਚਰ ਦਾ ਪਤਾ ਲੱਗ ਗਿਆ ਤਾਂ ਉਹ ਐਕਚੁਅਲੀ ਸਮੁੰਦਰ ਹੀ ਹੈ ਨਾ। ਬਿਲਕੁਲ। ਤਾਂ ਇਸ ਕਰਕੇ ਜਿਹੜੇ ਕੁਛ ਲੋਕਾਂ ਦੇ ਜਿਹੜੇ ਅਨੁਭਵ ਸੀਗੇ ਉਹਨਾਂ ਨੇ ਅਲੱਗ ਕਿਸੇ ਪਰਮਾਤਮਾ ਦਾ ਪ੍ਰਚਾਰ ਨਹੀਂ ਕੀਤਾ, ਉਹਨਾਂ ਨੇ ਕਿਹਾ ਵੀ ਇਹੀ ਐਕਸਿਸਟੈਂਸੀ ਜਿਹੜੀ ਹੈਗੀ ਹੈ ਨਾ, ਮਤਲਬ ਇਹੀ ਮਤਲਬ ਹੋਗਾ ਨਾ ਕਿ ਇਹੀ ਆਤਮਾ ਔਰ ਇਹੀ ਪਰਮਾਤਮਾ। ਪਰ ਹੁਣ ਗੱਲ ਇਹ ਕਿ ਉੱਥੇ ਯੁੱਧ ਦਾ ਮੈਦਾਨ ਹੈਗਾ, ਉਹਦੇ ਵਿੱਚ ਇਹ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ, ਅਗੇਨ ਉਹ ਲੈਵਲ ਆਫ ਅੰਡਰਸਟੈਂਡਿੰਗ ਦਾ ਜਿਹੜਾ ਤੁਸੀਂ ਕਿਹਾ ਲੈਵਲ ਆਫ ਕੌਨਸ਼ੀਅਸਨੈਸ ਜਿਹੜਾ ਉਹ ਉੱਤੇ ਨੂੰ ਜਾ ਰਿਹਾ ਹੈਗਾ। ਸ਼ੁਰੂਆਤ ਉਹਨਾਂ ਨੇ ਡਿਊਟੀ ਤੋਂ ਕੀਤੀ ਸੀ ਅਤੇ ਉਸ ਤੋਂ ਬਾਅਦ ਹੁਣ ਇਹ ਕਰਮ ਤੋਂ ਬਾਅਦ ਹੁਣ ਆਪਣੇ ਧਾਰਮਿਕ ਜਾਂ ਸਪਿਰਿਚੁਅਲ ਜਿਹੜੀਆਂ ਗੱਲਾਂ ਉਹ ਸ਼ੁਰੂ ਹੋ ਰਹੀਆਂ ਤਾਂ ਕਿ ਅਰਜੁਨ ਦਾ ਜਿਹੜਾ ਲੈਵਲ ਹੈ ਉਹ ਉੱਤੇ ਨੂੰ ਜਾ ਸਕੇ। ਸੋ ਇਸ ਦੌਰਾਨ ਅਰਜੁਨ ਵੱਲੋਂ ਕੋਈ ਇਜ਼ ਹੀ ਜਸਟ ਗ੍ਰੈਸਪਿੰਗ ਇਟ ਸੁਣੀ ਜਾ ਰਹੇ ਆ ਜਾਂ ਹੋਰ ਕੋਈ ਸਵਾਲ ਜਵਾਬ ਜਿਹੜਾ ਉਹ ਵੀ ਚੱਲ ਰਹੇ ਹੈਗੇ?
ਉਹ ਸਵਾਲ ਅੱਗੇ ਜਾ ਕੇ ਕਰ ਰਿਹਾ ਨਾ, ਜਿਵੇਂ ਇਹ ਬੇਸਿਕ ਜਿਹੜੀਆਂ ਗੱਲਾਂ ਸੀ, ਜਿਵੇਂ ਸ਼੍ਰੀ ਕ੍ਰਿਸ਼ਨ ਹੈ ਕੁਛ ਪੁਆਇੰਟਸ ਦੱਸਦੇ ਜਾ ਰਹੇ ਹਾਂ, ਮੈਂ ਸਿਰਫ ਇਸ ਕਰਕੇ ਉਹਨਾਂ ਦੀ ਵਿਆਖਿਆ ਕਰਦਾ ਜਾ ਰਿਹਾ ਕਿ ਕਿਉਂਕਿ ਕੁਛ ਪੁਆਇੰਟ ਸ਼ਬਦ ਐਸੇ ਨੇ ਜੀ, ਕਈ ਵਾਰੀ ਆਪਾਂ ਨੂੰ ਜਿਵੇਂ ਜੋ ਲੋਕ ਸੁਣ ਰਹੇ ਨੇ ਉਹ ਸ਼ਬਦ ਜੇ ਆਪਾਂ ਐਕਸਪਲੇਨ ਨਾ ਕਰੀਏ ਤਾਂ ਉਹ ਕਈ ਵਾਰੀ ਸਮਝ ਵੀ ਨਹੀਂ ਆਉਂਦਾ। ਤਾਂ ਜਿਵੇਂ ਉਹ ਸ਼੍ਰੀ ਕ੍ਰਿਸ਼ਨ ਇੱਕ ਥਾਂ 'ਤੇ ਕਹਿ ਰਹੇ ਨੇ ਕਿ ਦੋ ਦੁੱਖ ਨੇ ਐਕਚੁਅਲੀ ਜਿਹਦੇ ਕਰਕੇ ਲੋਕ ਮੇਰੇ ਕੋਲ ਆਉਂਦੇ ਨੇ, ਇੱਕ ਤਾਂ ਬੁਢਾਪਾ ਅਤੇ ਇੱਕ ਆ ਮ੍ਰਿਤਿਉ, ਇਹਨਾਂ ਤੋਂ ਕੋਈ ਛੁਟਕਾਰਾ ਨਹੀਂ ਪਾ ਸਕਦਾ ਇਨਸਾਨ ਨਾ। ਤਾਂ ਇਸ ਕਰਕੇ ਕਿਉਂਕਿ ਆਪਾਂ ਵੀ ਉਸ ਚੀਜ਼ ਨੂੰ ਜੇ ਦੇਖੀਏ ਜੀ, ਇਹੀ ਅਲਟੀਮੇਟ ਸੱਤਿਆ ਹੈ ਕਿ ਹਰੇਕ ਬੰਦੇ ਨੇ ਦੋ ਚੀਜ਼ਾਂ ਨੂੰ ਫੇਸ ਕਰਨਾ ਨਾ, ਬੁਢਾਪਾ ਅਤੇ ਮ੍ਰਿਤਿਉ ਨਾ। ਤਾਂ ਸ਼੍ਰੀ ਕ੍ਰਿਸ਼ਨ ਕਹਿ ਰਿਹਾ ਕਿ ਅਰਜੁਨ ਇਹ ਜਿਹੜੀਆਂ ਦੋ ਨੇ ਇਹਨਾਂ ਤੋਂ ਕਿਵੇਂ ਪਾਰ ਕਰਨਾ, ਇਹ ਆਤਮ ਗਿਆਨ ਨਾਲ ਹੀ ਪਾਰ ਹੁੰਦੇ ਆ ਨਾ। ਤਾਂ ਫਿਰ ਉਹ ਅਗਲੇ ਚੈਪਟਰ ਜਾ ਕੇ ਫਿਰ ਉਹ ਦੱਸਣ ਲੱਗਦੇ ਆ ਨਾ, ਹੋਰ ਅਕਸ਼ਰ ਬ੍ਰਹਮ ਅਕਸ਼ਰ ਯੋਗ ਹੈ ਨਾ ਚੈਪਟਰ, ਉਹਦੇ ਵਿੱਚ ਉਹ ਕੀ ਦੱਸਦੇ ਨੇ ਕਿ ਜਿਹੜਾ ਅਰਜੁਨ ਮਤਲਬ ਕੋਈ ਵੀ ਇਨਸਾਨ ਹੈ ਜਦੋਂ ਉਹ ਜਾਣਨਾ ਚਾਹੁੰਦਾ ਆਪਣੀ ਆਤਮਾ ਨੂੰ, ਠੀਕ ਹੈ ਨਾ, ਉਸ ਨੂੰ ਕੀ ਕਰਨਾ ਚਾਹੀਦਾ ਕਿ ਜਿਵੇਂ ਮੰਨ ਲਓ ਪਹਿਲਾਂ ਉਹਨੇ ਕਿਹਾ ਕਿ ਓਮ ਨਾ, ਤੁਸੀਂ ਦੱਸੋ ਕਿ ਓਮ ਦੇ ਉੱਤੇ ਤੁਸੀਂ ਸਾਧਨਾ ਕਰੋ ਓਮ ਦੀ ਨਾ। ਜਿਵੇਂ ਮੰਨ ਲਓ ਜਿਹੜਾ ਵੀ ਬੰਦੇ ਨੂੰ ਜਿਹੜਾ ਮੰਨ ਲਓ ਬੁਢਾਪੇ ਤੋਂ ਡਰਦਾ ਹੈ ਜਾਂ ਮ੍ਰਿਤਿਉ ਤੋਂ ਡਰਦਾ ਹੈ, ਉਹਨੂੰ ਕੀ ਹੋਏਗਾ ਕਿ ਉਹਦਾ ਲਾਸਟ ਟਾਈਮ ਤਾਂ ਆਉਣਾ ਹੀ ਆਉਣਾ ਜੀਵਨ 'ਚ ਨਾ। ਤਾਂ ਉਹਨੂੰ ਪ੍ਰੈਕਟਿਸ ਨਾਲ ਕੀ ਕਰਨਾ ਚਾਹੀਦਾ ਕਿ ਉਹ ਓਮ ਨੂੰ ਮਤਲਬ ਉਹ 'ਤੇ ਕੋਨਸਨਟ੍ਰੇਸ਼ਨ ਸ਼ੁਰੂ ਕਰੇ, ਜਿਵੇਂ ਕਿ ਮੰਨ ਲਓ ਓਮ ਜਿਹੜਾ ਹੈ ਜਿਵੇਂ ਆਪਾਂ ਓਂਕਾਰ ਕਹਿ ਦਿੰਦੇ ਹਾਂ ਉਹਦੇ ਉੱਤੇ ਸਰੀਰ ਛੱਡਣ ਤੋਂ ਪਹਿਲਾਂ, ਔਰ ਹੋਣਾ ਤਾਂ ਹੀ ਹੈ ਜੇ ਆਪਾਂ ਪਹਿਲਾਂ ਉਹਦੀ ਪ੍ਰੈਕਟਿਸ ਕੀਤੀ ਨਾਲ। ਇਹ ਵੀ ਗੱਲ ਕਹਿ ਰਹੇ ਨੇ। ਫਿਰ ਉਹ ਇੱਕ ਗੱਲ ਹੋਰ ਕਹਿ ਰਹੇ ਨੇ ਕਿ ਜਿਹੜਾ ਵੀ ਬੰਦਾ ਜੋ ਵੀ ਤੁਸੀਂ ਕਰਦੇ ਆ ਰਹੋ ਜੀਵਨ ਦੇ ਵਿੱਚ ਸਿਰਫ ਉਹੀ ਤੁਸੀਂ ਕਰ ਸਕਦੇ, ਠੀਕ ਹੈ ਨਾ। ਲਾਸਟ ਟਾਈਮ ਨਹੀਂ, ਲੋਕ ਕੀ ਸੋਚਦੇ ਆ ਕਿ ਜੇ ਲਾਸਟ ਟਾਈਮ ਮੈਂ ਪਰਮਾਤਮਾ ਨੂੰ ਯਾਦ ਕਰ ਲੂੰਗਾ, ਉਹ ਇਸ਼ਾਰਾ ਕਰ ਰਹੇ ਨੇ ਕਿ ਤੁਸੀਂ ਲਾਸਟ ਟਾਈਮ ਉਹੀ ਕਰੋਗੇ ਅਰਜੁਨ ਜੋ ਤੁਸੀਂ ਹਮੇਸ਼ਾ ਸੋਚਦੇ ਆ ਰਹੇ, ਤੁਹਾਡੀ ਮਾਇੰਡ ਨੂੰ ਆਦਤਾਂ ਪਈਆਂ ਨਾ ਤੁਹਾਡੀ ਮਾਇੰਡ ਨੂੰ ਨਾ। ਤਾਂ ਇਸ ਕਰਕੇ ਫਿਰ ਉਹ ਕੀ ਕਹਿ ਰਹੇ ਨੇ ਕਿ ਅਰਜੁਨ ਇੱਕ ਤਾਂ ਓਮ ਦੇ ਉੱਤੇ ਧਿਆਨ ਲਾ ਜੇ ਮਤਲਬ ਕਿਸੇ ਨੇ ਮੁਕਤੀ ਪਾਣੀ ਹੈ, ਕਿਉਂਕਿ ਓਮ ਵੀ ਇੱਕ ਜਿਹੜਾ ਸਾਊਂਡ ਹੈ ਉਹ ਵੀ ਇੱਕ ਯੂਨੀਵਰਸਲ ਸਾਊਂਡ ਹੈ, ਜੇ ਕੋਈ ਉਹਦੇ ਨਾਲ ਵੀ ਕਨੈਕਟ ਹੋ ਸਕਦਾ ਉਹ ਵੀ ਮੁਕਤੀ ਪਾ ਸਕਦਾ, ਪਰ ਉਹਨੂੰ ਯਾਦ ਓਂਕਾਰ ਉਦੋਂ ਹੀ ਆਊਗਾ ਜੇ ਉਹਨੇ ਉਸਦੀ ਪਹਿਲਾਂ ਪ੍ਰੈਕਟਿਸ ਕੀਤੀ ਹੈ। ਫਿਰ ਇੱਕ ਉਹ ਪ੍ਰਾਣ ਦੀ ਗੱਲ ਕਰ ਰਹੇ ਨਾ, ਪ੍ਰਾਣ ਵਾਯੂ, ਉਹ ਕੀ ਕਹਿ ਰਹੇ ਨੇ ਕਿ ਇਹ ਯੋਗ ਅਭਿਆਸ ਨਾ ਹੋਣਾ ਅਰਜੁਨ ਨਾ, ਕਿ ਤੂੰ ਆਪਣੀ ਪ੍ਰਾਣ ਵਾਯੂ ਨੂੰ ਜਦੋਂ ਕਿਸੇ ਦੀ ਮ੍ਰਿਤਿਉ ਹੋਣ ਵਾਲੀ ਹੈ ਤਾਂ ਉਹ ਆਪਣੀ ਪ੍ਰਾਣ ਵਾਯੂ ਨੂੰ ਇਕੱਠੀ ਕਰੇ ਔਰ ਹੌਲੀ ਕਿ ਇੱਥੇ ਇਸ ਪੁਆਇੰਟ 'ਤੇ ਲੈ ਕੇ ਆਵੇ ਪ੍ਰਾਣ ਵਾਯੂ। ਤਾਂ ਜਿਹੜਾ ਹੁਣ ਪ੍ਰਾਣ ਸ਼ਬਦ ਹੈ, ਜਿਵੇਂ ਆਪਾਂ ਪਹਿਲਾਂ ਆਪਣੇ ਕਹਿੰਦੇ ਹੁੰਦੇ ਸੀ ਦੇਸ਼ ਦੇ ਵਿੱਚ ਕਿ ਉਹਦੇ ਪ੍ਰਾਣ ਚਲੇ ਗਏ ਨਾ, ਆਪਾਂ ਇਹ ਨਹੀਂ ਘੱਟ ਕਹਿੰਦੇ ਹੁੰਦੇ ਸੀ ਲੋਕ ਕਿ ਮ੍ਰਿਤਿਉ ਹੋ ਗਈ ਨਾ, ਉਹ ਲੱਗਦਾ ਪ੍ਰਾਣ ਨਿਕਲ ਗਏ ਨਾ, ਪ੍ਰਾਣ ਨਿਕਲ ਗਏ। ਤਾਂ ਪ੍ਰਾਣ ਕੀ ਸ਼ਬਦ ਸੀ ਨਾ, ਕਿੱਥੋਂ ਆਇਆ ਐਕਚੁਅਲੀ ਨਾ, ਇਹ ਆਪਣੇ ਗ੍ਰੰਥਾਂ 'ਚੋਂ ਚੱਲਦਾ ਆਇਆ। ਪਹਿਲਾਂ ਜਿਹੜੇ ਆਪਣੇ ਪੂਰਵਜ ਸੀ ਉਹ ਨੋਰਮਲੀ ਇਸ ਗਿਆਨ ਨੂੰ ਸਮਝਦੇ ਸੀ ਕਿ ਪ੍ਰਾਣ ਚਲੇ ਗਏ ਦਾ ਕੀ ਮਤਲਬ ਸੀ ਨਾ। ਤਾਂ ਇਹ ਜਿਹੜਾ ਉਹ ਕਹਿ ਰਿਹਾ ਕਿ ਅਰਜੁਨ ਇਹ 'ਤੇ ਧਿਆਨ ਲਾਉਣਾ, ਇਹ ਜਿਹੜਾ ਪ੍ਰਾਣ ਹੈ ਮਤਲਬ ਜਿੱਧਰ ਨੂੰ ਪ੍ਰਾਣ ਜਾਣਾ, ਮਤਲਬ ਸਮਝ ਲਓ ਕਿ ਉਸ ਉਹ ਮਨ ਦੇ ਨਾਲ ਕਨੈਕਟਡ ਹੈ। ਤਾਂ ਜਿਹੜਾ ਤੁਹਾਡਾ ਅਗਲਾ ਜਨਮ ਹੋਣਾ ਹੈ ਜਾਂ ਜਿਹੜੀ ਤੁਹਾਡੀ ਆਤਮਾ ਦੀ ਸਥਿਤੀ ਹੋਣੀ ਹੈ ਉਹ ਪ੍ਰਾਣ ਦੇ ਨਾਲ ਜਿਹੜਾ ਮਨ ਦੇ ਨਾਲ ਉੱਧਰ ਨੂੰ ਹੀ ਜਾਣੀ, ਠੀਕ ਹੈ ਨਾ। ਤਾਂ ਉਸ ਦੇ ਉੱਤੇ ਤੂੰ ਧਿਆਨ ਲਾਉਣਾ ਸਿੱਖਣਾ। ਤਾਂ ਕਿਉਂਕਿ ਜਿਹੜਾ ਪ੍ਰਾਣ ਹੈ, ਜਿਵੇਂ ਹੁਣ ਆਪਾਂ ਮੰਨ ਲਓ ਪ੍ਰਾਣ ਕਿਵੇਂ, ਉਹਦੀ ਵਿਆਖਿਆ ਕਿਵੇਂ ਕਰਨੀ, ਪ੍ਰਾਣ ਨੂੰ ਕਿਵੇਂ ਸਮਝੀਏ ਕਿ ਮੰਨ ਲਓ ਆਹ ਮਨ ਹੈ ਨਾ, ਇਹ ਆਪਣਾ ਸਰੀਰ ਹੈ, ਜਿਹੜਾ ਪ੍ਰਾਣ ਹੈ ਉਹ ਇਹਦੇ ਮਿਡਲ 'ਤੇ ਲਾਓ ਨਾ। ਹੁਣ ਜਿਵੇਂ ਮੰਨ ਲਓ ਮੈਂ ਇਸ ਤਰ੍ਹਾਂ ਹੱਥ ਹਿਲਾਇਆ ਨਾ ਮਤਲਬ, ਅਤੇ ਜਾਂ ਮੈਂ ਇਸ ਤਰ੍ਹਾਂ ਸਿਰ ਹਿਲਾਇਆ ਜੀ, ਇਹ ਹੁਣ ਇਹ 'ਤੇ ਸਾਇੰਸ ਇਹ ਖੋਜ ਕਰ ਰਹੀ ਹੈ ਵੀ ਐਕਚੁਅਲੀ ਤੁਸੀਂ ਜਦੋਂ ਵੀ ਕੁਛ ਹਿਲਾਉਣੇ ਹੋ ਨੋਰਮਲੀ, ਮੰਨ ਲਓ ਤੁਸੀਂ ਆਪਾਂ ਕੱਪ ਨੂੰ ਲੱਗ ਇੱਧਰ ਰੱਖਿਆ, ਠੀਕ, ਤਾਂ ਕੋਈ ਮੂਵਮੈਂਟ ਹੋਈ ਨਾ ਤਾਂ ਹੀ ਇੱਧਰ ਗਿਆ ਨਾ, ਕਿਸੇ ਚੀਜ਼ ਨੇ ਫਿਜ਼ੀਕਲੀ ਇਹਨੂੰ ਟੱਚ ਕੀਤਾ। ਪਰ ਇੱਥੇ ਮੈਂ ਇਹਨੂੰ ਸਿਰ ਨੂੰ ਮੈਂ ਹੱਥ ਵੀ ਨਹੀਂ ਲਾਇਆ ਆਪਣੇ ਨੂੰ, ਦੇਖੋ ਮੈਨੂੰ ਇਸ ਤਰ੍ਹਾਂ ਕਰਤਾ। ਤਾਂ ਇਹ ਮਾਇੰਡ ਨੇ ਕੀ ਕੀਤਾ ਬੋਡੀ ਦੇ ਵਿੱਚ ਕਿ ਆਪਣਾ ਜਿਹੜਾ ਸਿਰ ਇਸ ਤਰ੍ਹਾਂ ਹੋ ਗਿਆ। ਜਿਵੇਂ ਆਪਾਂ ਕਾਰ ਨੂੰ ਟਰਨ ਕਰਦੇ ਹਾਂ ਤਾਂ ਨੈਚੁਰਲੀ ਹੈ ਕਿ ਫਿਜ਼ੀਕਲੀ ਕੋਈ ਟੱਚ ਹੋਊਗਾ ਤਾਂ ਹੀ ਉਹਨੇ ਟੱਚ ਕਰਨਾ ਨਾ, ਇੱਧਰ ਨੂੰ ਟਰਨ ਹੋਣਾ, ਨਹੀਂ ਤਾਂ ਉਹ 'ਚ ਮੂਵਮੈਂਟ ਨਹੀਂ ਹੋ ਸਕਦੀ ਕੋਈ। ਪਰ ਹੁਣ ਇੱਕ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਮਾਇੰਡ ਹੈ ਉਹ ਕੀ ਕਰਦਾ, ਫਿਜ਼ੀਕਲੀ ਕਿੱਥੇ ਟੱਚ ਕਰਦਾ, ਕੀ ਕਰਦਾ, ਉਹਨੂੰ ਪੁਸ਼ ਕਰਦਾ, ਠੀਕ ਹੈ, ਕੀ ਕਰਦਾ ਕਿ ਉਹ ਬੋਡੀ ਇਸ ਤਰ੍ਹਾਂ ਹੋ ਜਾਂਦੀ ਹੈ। ਉਹ ਜਿਹੜੀ ਸਾਇੰਸ ਇਹ 'ਤੇ ਮਤਲਬ ਰਿਸਰਚ ਕਰ ਰਹੀ ਹੈ ਕਿ ਇਹਦੇ ਵਿੱਚ ਕੀ ਹੈ ਮਾਇੰਡ ਦੇ ਵਿੱਚ, ਜੇ ਆਪਾਂ ਕਹਿੰਦੇ 'ਚ ਮਸਲ ਹੈ ਤਾਂ ਮਸਲ ਨੂੰ ਕੀ ਪੁਸ਼ ਕਰਦਾ ਮਾਇੰਡ, ਮਾਇੰਡ ਦੇ ਕੋਲ ਤਾਂ ਕੋਈ ਹੱਥ ਵੀ ਨਹੀਂ, ਤਾਂ ਫਿਰ ਉਹ ਕਿਸ ਤਰ੍ਹਾਂ ਆਰਡਰ ਦਿੰਦਾ ਹੈ ਨਾ ਕਿ ਇਹ ਬੋਡੀ ਇਸ ਤਰ੍ਹਾਂ ਮੂਵ ਕਰਦੀ ਹੈ। ਤਾਂ ਇਹ ਜਿਹੜੀ ਚੀਜ਼ ਹੈ ਉੱਥੇ ਫਿਰ ਇੱਕ ਸਾਇੰਸ ਜਿਹੜੀ ਕਿ ਪਹਿਲਾਂ ਤੋਂ ਹੀ ਆਪਣੇ ਰਿਸ਼ੀ ਮੁਨੀ ਜਾਣਦੇ ਸੀ, ਜਿਹੜੇ ਯੋਗੀ ਸੀ ਅਭਿਆਸ ਕਰਦੇ ਸੀ ਨਾ, ਤਾਂ ਉਹ ਅਭਿਆਸ ਦੀ ਉਹ ਗੱਲ ਕਰੀ। ਇਸ ਕਰਕੇ ਯੋਗਾ ਅਭਿਆਸ ਦੀ ਲੋੜ ਹੈ ਕਿ ਉਸ ਪ੍ਰਾਣ ਨੂੰ ਸਮਝਣਾ ਹੈ ਅਰਜੁਨ ਕਿ ਉਹ ਵਿਚਾਲੇ ਹੈ ਨਾ, ਉਹ ਪ੍ਰਾਣ ਆ ਜਿਹੜਾ ਐਕਚੁਅਲੀ। ਤਾਂ ਉਹਦੇ ਨਾਲ ਕੀ ਹੁੰਦਾ ਕਿ ਉਹ ਬੋਡੀ ਅਤੇ ਮਾਇੰਡ ਦੇ ਵਿਚਾਲੇ ਹੋਣ ਕਰਕੇ ਉਹ ਬੋਡੀ ਨੂੰ ਮੂਵ ਕਰਦਾ। ਇੱਧਰ ਤਾਂ ਬੋਡੀ ਨਾਲ ਕਨੈਕਟ ਹੈਗਾ ਪ੍ਰਾਣ ਜਿਹੜੇ ਬਾਜੀ ਆ, ਇੱਧਰੋਂ ਮਨ ਨਾਲ ਕਨੈਕਟਡ ਹੈ, ਤਾਂ ਇਹਦੇ ਵਿੱਚ ਦੀ ਆਰਡਰ ਮੂਵ ਕਰਦਾ ਨਾ। ਅਤੇ ਇਹਦੇ 'ਚ ਬੋਡੀ 'ਚ ਉਹ ਕਰਨਾ ਕੀ ਹੈ ਕਿ ਜਿਵੇਂ ਮਤਲਬ ਜਿਹੜੇ ਯੋਗ ਸਾਧਨਾ ਕਰਦੇ ਆ ਉਹਨਾਂ ਨੇ ਉਹ ਪ੍ਰਾਣ ਵਾ
ਔਰ ਇਹ ਵੀ ਲਿਖਿਆ ਹੈ ਕਿ ਆਪਣੇ ਮਤਲਬ ਜਿਹੜੇ ਅਨੁਭਵ ਹੈ ਜਿਹਨਾਂ ਦੱਸਦੇ ਕਿ ਜਿੰਨਾ ਜੋ ਵੀ ਕਿਸੇ ਦਾ ਪ੍ਰਾਣ ਬਾਜੂ ਇੱਥੋਂ ਨਿਕਲਣਗੇ ਉੱਪਰ ਦੀ ਜਾਣਗੇ ਉਹਦਾ ਪੁਨਰ ਜਨਮ ਨਹੀਂ ਹੁੰਦਾ, ਉਹਦੀ ਮੁਕਤੀ ਹੋ ਜਾਊਗੀ। ਨਹੀਂ ਤਾਂ ਜੇ ਉਹ ਆਪਣੇ ਪ੍ਰਾਣ ਬਾਜੂ ਕਿਸੇ ਹੋਰ ਆਪਣੇ ਚੱਕਰ 'ਚ ਫਸੇ ਹੋਏ ਨੇ ਜਾਂ ਕਿਸੇ ਹੋਰ ਅੰਗ 'ਚ ਫਸੇ ਹੋਏ ਨੇ ਤਾਂ ਉੱਥੋਂ ਦੀ ਵੀ ਨਿਕਲ ਸਕਦੇ। ਜੇ ਮੰਨ ਲਓ ਤੁਹਾਨੂੰ ਜੀਭ ਦਾ ਟੇਸਟ ਹੈ, ਤੁਹਾਡਾ ਬਹੁਤ ਜ਼ਿਆਦਾ ਤੁਸੀਂ ਖਾਣ ਦੇ ਸ਼ੌਕੀਨ ਹੈ, ਇਹ ਵੀ ਹੋ ਸਕਦਾ ਕਿ ਤੁਹਾਡੇ ਪ੍ਰਾਣ ਇੱਥੋਂ ਦੇ ਨਿਕਲਣ। ਅਲੱਗ ਅਲੱਗ ਮਤਲਬ ਇਹ ਬੋਡੀ ਦੇ ਅੰਗ ਹੋ ਸਕਦੇ ਜਿੱਥੋਂ ਆਪਣਾ ਇਹ ਪ੍ਰਾਣ ਨਿਕਲ ਸਕਦੇ ਹਨ। ਤਾਂ ਉਹ ਕੀ ਸਾਇੰਸ ਦੱਸ ਰਿਹਾ ਕਿ ਐਕਚੁਅਲੀ ਇਹ ਪ੍ਰਾਣ ਹੀ ਹੈ ਜਿਹੜਾ ਮਨ ਦੇ ਨਾਲ ਜਾਂਦਾ ਪੁਨਰ ਜਨਮ ਦੇ ਲਈ ਮਤਲਬ ਨਾ। ਤਾਂ ਇਸ ਕਰਕੇ ਇਸ ਨੂੰ ਸਮਝਣਾ ਹੈਗਾ ਔਰ ਇਹਦੇ ਨਾਲ ਕੀ ਹੋਏਗਾ ਕਿ ਜਿਹੜਾ ਆਪਣਾ ਪੁਨਰ ਜਨਮ ਨੂੰ ਤੁਸੀਂ ਰੋਕ ਸਕਦੇ ਹੋ, ਕਿਉਂਕਿ ਜਿਹੜਾ ਪੁਨਰ ਜਨਮ ਹੈ ਉਹੀ ਦੁੱਖਾਂ ਦਾ ਘਰ ਹੈ ਨਾ, ਇਸ ਤਰ੍ਹਾਂ ਦੀ ਗੱਲ ਕਰ ਰਹੇ ਨੇ ਸ਼੍ਰੀ ਕ੍ਰਿਸ਼ਨ। ਅਤੇ ਉਹ ਇੱਕ ਉਹਨਾਂ ਨੇ ਹੋਰ ਕਿਹਾ ਕਿ ਜਿਵੇਂ ਹੁਣ ਜਿਵੇਂ ਡੀਪ ਆਪਾਂ ਪ੍ਰਾਣ ਦੇ ਵਿੱਚ ਹੋਰ ਜਾਈਏ, ਕਿਉਂਕਿ ਪ੍ਰਾਣ ਦੀ ਸਾਇੰਸ ਨੂੰ ਵੀ ਸਮਝ ਲੈਣਾ ਜ਼ਰੂਰੀ ਹੈ ਕਿ ਪ੍ਰਾਣ ਕਿੰਨੇ ਸਰੀਰ ਦੇ ਵਿੱਚ ਨੇ, ਕਿਵੇਂ ਉਹ ਫੰਕਸ਼ਨ ਕਰਦੇ ਨੇ ਨਾ ਪ੍ਰਾਣ। ਅਤੇ ਪ੍ਰਾਣ ਜਿਵੇਂ ਕਿ ਇੱਕ ਪਹਿਲਾ ਪ੍ਰਾਣ ਹੁੰਦਾ ਇੰਪੋਰਟੈਂਟ ਜਿਹਨੂੰ ਆਪਾਂ ਕਹਿੰਦੇ ਪ੍ਰਾਣ ਨਾ, ਜਿਵੇਂ ਕਿ ਜਿਹਨੂੰ ਪ੍ਰਾਣ ਹੀ ਕਹਿੰਦੇ, ਸਵਾਸ ਹੀ, ਇਹੀ ਸਭ ਜਿਹੜੇ ਕਿ ਐਵਰੀਬੋਡੀ ਨੋਜ਼ ਦੈਟ ਪ੍ਰਾਣ ਹੈ ਨਾ। ਇੱਕ ਹੁੰਦਾ ਅਪਾਣ, ਹੈ ਨਾ, ਸਰੀਰ 'ਚ ਕਈ ਤਰ੍ਹਾਂ ਦੇ ਪ੍ਰਾਣ ਹੈ ਨਾ, ਪੰਜ ਪ੍ਰਾਣ ਮੇਨ ਨੇ ਨਾ ਉਹਦੇ ਵਿੱਚ ਨਾ, ਜਿਵੇਂ ਇੱਕ ਹੁੰਦਾ ਗਿਆ ਪ੍ਰਾਣ ਜਿਹਦੇ ਨਾਲ ਸਵਾਸ ਚੱਲਦਾ ਨਾ, ਇੱਕ ਹੁੰਦਾ ਅਪਾਣ ਜਿਹਦੇ ਨਾਲ ਆਪਾਂ ਵਾਸ਼ਰੂਮ ਵਗੈਰਾ ਜਾਂਦੇ ਹਾਂ ਜਾਂ ਕੋਈ ਚਾਈਲਡ ਬਰਥ ਹੁੰਦਾ ਨਾ ਕਿ ਪੁਸ਼ ਕਰ ਸਕਦੇ ਹਾਂ ਬੋਡੀ 'ਚ ਕੁਛ ਨਾ, ਉਹ ਅਪਾਣ ਬਾਜੂ ਹੋ ਗਿਆ ਨਾ। ਇੱਕ ਹੋ ਗਿਆ ਵਿਆਨ, ਜਿਹਦੇ ਨਾਲ ਪੂਰੀ ਬੋਡੀ ਦੇ ਵਿੱਚ ਆਪਣਾ ਹਰ ਚੀਜ਼ ਮੂਵਮੈਂਟ ਕਰ ਰਹੀ ਹੈ, ਹਵਾ ਬਾਜੂ ਜਾਂ ਬਲੱਡ ਮੂਵ ਕਰ ਰਿਹਾ ਉਹਦੀ ਹੈਲਪ ਨਾਲ ਉਹ ਕਰ ਰਿਹਾ ਨਾ। ਪ੍ਰਾਣ, ਅਪਾਣ, ਵਿਆਨ, ਉਦਾਨ, ਉਸ ਤੋਂ ਬਾਅਦ ਉਦਾਨ ਹੈ ਕਿ ਜਿਹੜੇ ਆਪਣਾ ਮਤਲਬ ਸਪੀਚ ਵਗੈਰਾ ਥੋਟ ਪ੍ਰੋਸੈਸ ਆ ਉੱਪਰਲੇ ਹਿੱਸੇ 'ਚ ਇੱਧਰ ਵੀ ਕੰਮ ਕਰਦਾ ਔਰ ਲੱਤਾਂ ਪੈਰਾਂ 'ਤੇ ਵੀ ਕੰਮ ਕਰਦਾ ਨਾ। ਫਿਰ ਇੱਕ ਸਮਾਨ ਬਾਜੂ ਹੈ ਨਾ, ਉਹ ਕੀ ਹੈ ਕਿ ਪ੍ਰਾਣ ਅਤੇ ਅਪਾਨ ਦੇ ਵਿਚਾਲੇ ਆ, ਜਿਹੜਾ ਕਿ ਮਤਲਬ ਖਾਣੇ ਨੂੰ ਡਾਈਜੈਸਟ ਕਰਦਾ ਨਾ, ਮਤਲਬ ਕੋਈ ਵੀ ਆਪਾਂ ਜਦੋਂ ਖਾਣਾ ਖਾਂਦੇ ਹਾਂ ਇਹ ਜਿਹੜੇ ਆ ਇਹ ਮੇਨ ਪ੍ਰਾਣ ਬਾਜੂ ਨੇ। ਠੀਕ ਹੈ, ਸੋ ਇਹ ਪ੍ਰਾਣ ਜਿਹੜੇ ਹਨ ਇਹਨਾਂ ਦੀ ਬਦੌਲਤ ਹੀ ਅਸੀਂ ਆਪਣੇ ਰੋਜ਼ਮਰਾ ਜਿਹੜੀ ਐਕਟੀਵਿਟੀਜ਼ ਨੇ ਉਹਨਾਂ ਨੂੰ ਉਹਨਾਂ ਨੂੰ ਆਪਾਂ ਕਰ ਸਕਦੇ। ਆਚਾਰਿਆ ਜੀ ਸਮਾਂ ਨਹੀਂ ਅੱਗੇ ਦੇ ਰਿਹਾ, ਅਗਲੇ ਹਫ਼ਤੇ ਅਸੀਂ ਇਸ ਵਿਸ਼ੇ ਨੂੰ ਅੱਗੇ ਕੰਟੀਨਿਊ ਰੱਖਾਂਗੇ ਕਿ ਜਿਹੜੇ ਵੱਖਰੇ ਵੱਖਰੇ ਕਿਸਮ ਦੇ ਪ੍ਰਾਣ ਨੇ। ਸੋ ਇਹ ਸਾਰਾ ਕੁਝ ਜਿਹੜਾ ਦੱਸਿਆ ਜਾ ਰਿਹਾ ਭਗਵਾਨ ਕ੍ਰਿਸ਼ਨ ਵੱਲੋਂ ਅਰਜੁਨ ਨੂੰ, ਅਰਜੁਨ ਦੀ ਮਾਨਸਿਕ ਸਥਿਤੀ ਵਿੱਚ ਕੀ ਬਦਲਾਅ ਆ ਰਿਹਾ, ਕਿਸ ਤਰ੍ਹਾਂ ਉਹਨਾਂ ਦੇ ਵਿੱਚ ਚੇਂਜਸ ਆ ਰਹੇ ਨੇ, ਇਹਨਾਂ ਬਾਰੇ ਵੀ ਜ਼ਿਕਰ ਕਰਾਂਗੇ। ਧੰਨਵਾਦ ਤੁਹਾਡਾ, ਥੈਂਕ ਯੂ ਫੋਰ ਯਰ ਟਾਈਮ। ਇਸ ਨਾਲ ਹੀ ਕਰਦੇ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604-603-7555 ਜਾਂ ਫਿਰ ਈਮੇਲ ਜ਼ਰੀਏ ਵੀ ਸੰਪਰਕ ਕਰ ਸਕਦੇ ਹੋ, harpreetsingshow@gmail.com। ਉਸ ਦੇ ਨਾਲ ਹੀ ਤੁਸੀਂ ਪੁਰਾਣੇ ਐਪੀਸੋਡ ਜੋ ਆਚਾਰਿਆ ਅਮਨ ਜੀ ਨੇ ਕੀਤੇ ਨੇ ਦੇਖਣਾ ਚਾਹੁੰਦੇ ਹੋ ਤਾਂ youtube.com/harpreetsingshow ਤੇ ਜਾ ਕੇ ਵੀ ਦੇਖ ਸਕਦੇ ਹੋ। ਆਚਾਰਿਆ ਅਮਨ ਨਾਲ ਗੱਲਬਾਤ ਕਰਨੀ ਹੋਏ ਤਾਂ ਸਕਰੀਨ 'ਤੇ ਦਿੱਤੇ ਹੋਏ ਇਸ ਫੋਨ ਨੰਬਰ 'ਤੇ ਵੀ ਗੱਲਬਾਤ ਕਰ ਸਕਦੇ ਹੋ। ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।